ਸਲੋਕ ਨਾਨਕਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿੜ ਸਾਰ ਜੀਵਨ ਲੋ ਰਹਿ ਭਰਮ ਮੋ ਨਾਨਕ ਤੇਊ ਗਵਾਰ ਕਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿੜ ਸਾਰ ਜੀਵਨ ਲੋ ਰਹਿ ਭਰਮ ਮੋ ਨਾਨਕ ਤੇਊ ਗਵਾਰ ਪੌੜੀ ਮਿੰਗਾ ਗ੍ਰਾਸੈ ਕਾਲ ਤਿਹੇ ਜੋ ਸਾਕਤ ਪ੍ਰਭ ਕੀ ਅਨਿਕ ਜੋਨ ਜਨਮ ਹੈ ਮਰੈ ਆਤਮ ਰਾਮ ਨਾਚੀਨ ਗਿਆਨ ਧਿਆਨ ਤਾਹੂ ਕਉ ਆਏ ਕਰ ਕਿਰਪਾ ਜਿਹ ਆਪ ਦਿਵਾਏ ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਦੀ 21 ਨੰਬਰ ਪੌੜੀ ਅਤੇ ਸਬੰਧਤ ਸਲੋਕ ਦਾ ਪਾਠ ਦਾਸ ਨੇ ਆਪ ਸਰਬੱਤ ਸੰਗਤ ਨੂੰ ਸ਼ਰਵਣ ਕਰਵਾਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿਚ ਇਸ ਜੀਵਨ ਦੀ ਇਕ ਬਹੁਤ ਵੱਡੀ ਸਚਾਈ ਜੋ ਹਰ ਜਗ੍ਹਾ ਉਤੇ ਵਾਪਰਦੀ ਹੈ, ਵਾਪਰ ਰਹੀ ਹੈ, ਵਾਪਰ ਚੁੱਕੀ ਹੈ, ਵਾਪਰਦੀ ਰਹੇਗੀ, ਜਿਸ ਨੂੰ ਵੱਖ ਵੱਖ ਸ਼ਬਦਾਂ ਦੇ ਨਾਲ ਅਸੀਂ ਆਪਣੀ ਜ਼ੁਬਾਨ ਤੋਂ ਕਹਿੰਦੇ ਜਾਂ ਕੰਨਾਂ ਦੇ ਨਾਲ ਸੁਣਦੇ ਹਾਂ, ਮਰਨਾ, ਮੌਤ ਹੋ ਜਾਣੀ, ਡੈੱਡ ਹੋ ਜਾਣਾ, ਖਤਮ ਹੋ ਜਾਣਾ, ਜਿਸ ਨੂੰ ਮੌਤ ਸ਼ਬਦ ਸੁਣਨਾ ਜਾਂ ਕਹਿਣਾ ਬਹੁਤਾ ਪਸੰਦ ਨਾ ਹੋਵੇ, ਉਹ ਕੁਝ ਹੋਰ ਵੀ ਵਰਤ ਲੈਂਦੇ ਹਨ, ਪੂਰਾ ਹੋ ਗਿਆ ਹੈ। ਇਸ ਸ਼ਬਦ ਦੀ ਘਾੜਤ ਇਸ ਕਰਕੇ ਘੜੀ ਗਈ ਕਿ ਸੁਣਨ ਵਾਲੇ ਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਡੂੰਘਾ ਫੱਟ ਨਾ ਲੱਗੇ। ਇਉਂ ਕਹਿ ਲਓ ਕਿ ਅਸੀਂ ਉਸ ਸੱਚ ਨੂੰ ਬਿਆਨ ਕਰਨ ਵਾਸਤੇ ਸ਼ਬਦ ਵੱਖਰੇ ਵੱਖਰੇ ਵਰਤਦੇ ਹਾਂ, ਪਰ ਗੱਲ ਇੱਕੇ ਹੀ ਸਚਾਈ ਦੀ ਹੋ ਰਹੀ ਹੁੰਦੀ ਹੈ।
18ਵੀਂ ਸਦੀ ਦੇ ਵਿੱਚ ਉਸ ਵੇਲੇ ਦੇ ਸੰਘਰਸ਼ਸ਼ੀਲ ਸਿੱਖਾਂ ਨੇ ਕੁਝ ਆਪਣੇ ਬੋਲੇ ਘੜੇ ਸਨ, ਜਿਨ੍ਹਾਂ ਨੂੰ ਖਾਲਸਾਈ ਬੋਲੇ ਕਿਹਾ ਜਾਂਦਾ ਹੈ। ਅਕਾਲ ਚਲਾਣਾ ਜਾਂ ਚੜ੍ਹਾਈ ਕਰ ਜਾਣਾ ਸ਼ਬਦ ਉਹ ਵਰਤਿਆ ਕਰਦੇ ਸਨ ਜਦੋਂ ਕੋਈ ਸਿੱਖ, ਖਾਸ ਕਰਕੇ ਉਨ੍ਹਾਂ ਦੇ ਜਥੇ ਦਾ ਸਿੱਖ, ਹੁਕਮ ਸੱਤ ਹੋ ਜਾਂਦਾ ਸੀ, ਉਹਦੇ ਪ੍ਰਾਣ ਨਿਕਲ ਜਾਂਦੇ ਸਨ ਜਾਂ ਸ਼ਹਾਦਤ ਪਾ ਜਾਂਦਾ ਸੀ, ਉਹ ਕਹਿੰਦੇ ਸਨ ਚੜ੍ਹਾਈ ਕਰ ਗਿਆ ਹੈ, ਚਲਾਣਾ ਕਰ ਗਿਆ ਹੈ ਜਾਂ ਹੁਕਮ ਸੱਤ ਹੋ ਗਿਆ ਹੈ। ਜਿਤਨੇ ਵੀ ਨਾਮ ਅਸੀਂ ਸੰਸਾਰ ਦੇ ਵਿੱਚ ਇਸ ਚੀਜ਼ ਦੇ ਪ੍ਰਥਾਏ, ਆਪਣੇ ਅੰਤ ਦੇ ਪ੍ਰਥਾਏ ਪੜ੍ਹਦੇ ਹਾਂ, ਉਹ ਸਾਰੇ ਸ਼ਬਦਾਂ ਦਾ ਭਾਵ ਵੱਖਰਾ ਵੱਖਰਾ ਹੈ। ਕੋਈ ਜ਼ਿਆਦਾ ਦੁਖਦਾਈ ਹੈ ਸੁਣਨ ਵਿੱਚ, ਕੋਈ ਮਨ ਨੂੰ ਥੋੜਾ ਜਿਹਾ ਸਕੂਨ ਦਿੰਦਾ ਹੈ, ਕੁਝ ਮਨ ਨੂੰ ਚੜ੍ਹਦੀ ਕਲਾ ਚ ਲੈ ਜਾਂਦਾ ਹੈ। ਸ਼ਬਦ ਵੱਖਰੇ ਵੱਖਰੇ ਹਨ, ਪਰ ਇਹ ਸਾਰੇ ਸ਼ਬਦ ਇੱਕ ਹੀ ਸੱਚ ਨੂੰ ਪ੍ਰਗਟ ਕਰਦੇ ਨੇ ਵੀ ਕਿਸੇ ਚੀਜ਼ ਦਾ ਅੰਤ ਹੋ ਚੁੱਕਿਆ ਹੈ, ਉਹ ਖਤਮ ਹੋ ਚੁੱਕੀ ਹੈ, ਉਹਦੀ ਹੋਂਦ, ਉਹਦੀ ਹਸਤੀ ਮਿਟ ਗਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇਸ ਸੱਚ ਦੀ ਵਿਆਖਿਆ ਬੜੇ ਸ਼ਬਦਾਂ, ਬੜੇ ਸਲੋਕਾਂ ਦੇ ਵਿੱਚ ਪਾਤਸ਼ਾਹ ਨੇ ਕੀਤੀ ਹੈ। ਕਿਉਂਕਿ ਸਦੀਆਂ ਤੋਂ ਧਰਮ ਦੀ ਦੁਨੀਆਂ ਦੇ ਅੰਦਰ ਇੱਕ ਚੀਜ਼ ਹੋਰ ਚੱਲਦੀ ਰਹੀ ਕਿ ਕਿਸੇ ਨਾ ਕਿਸੇ ਢੰਗ ਨਾਲ ਜੇਕਰ ਮੈਂ ਚਿਰਨਜੀਵੀ ਭਾਵ ਬਹੁਤ ਲੰਮੀ ਜ਼ਿੰਦਗੀ ਜਾਂ ਚਿਰਕਾਲ ਜੀਣ ਵਾਲਾ ਐਸਾ ਕੁਝ ਹਾਸਲ ਕਰ ਲਵਾਂ ਤਾਂ ਮੇਰੀ ਉਮਰ ਜਿਹੜੀ ਹੈ ਉਹ ਸਦੀਆਂ ਤੱਕ ਦੀ ਬਣ ਜਾਏ। ਇਸ ਬਾਰੇ ਕਈ ਕਿਸਮ ਦੀਆਂ ਕਹਾਣੀਆਂ ਵੀ ਜਿਹੜੀਆਂ ਹਨ ਉਹ ਪ੍ਰਚਲਿਤ ਹਨ, ਪਰ ਅਸੀਂ ਹਰ ਇੱਕ ਗੱਲ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਸਮਝਣ ਦਾ ਯਤਨ ਕਰਨਾ ਹੈ। ਗੁਰਬਾਣੀ ਵਿੱਚ ਇਸ ਸਚਾਈ ਬਾਰੇ ਬਿਆਨ ਕੀਤਾ ਗਿਆ ਹੈ, ਮ੍ਰਿਤ ਮੰਡਲ ਜਗ ਸਾਜਿਆ, ਇਸ ਸੰਸਾਰ ਨੂੰ ਮ੍ਰਿਤਿਉ ਮੰਡਲ ਮੌਤ ਦਾ ਘਰ ਕਿਹਾ, ਇੱਥੇ ਜਨਮ ਹੈ ਮੌਤ ਹੈ, ਜੋ ਉਸਰਦਾ ਹੈ ਸਮਾਂ ਪਾ ਕੇ ਢਹਿ ਜਾਂਦਾ ਹੈ, ਜੋ ਪੈਦਾ ਹੁੰਦਾ ਹੈ ਖਤਮ ਹੁੰਦਾ, ਜਿਸ ਦੀ ਹੋਂਦ ਹੈ ਉਹਦਾ ਨਾਸ਼ ਹੋਏਗਾ। ਇਸ ਨੂੰ ਪਾਤਸ਼ਾਹ ਬਾਣੀ ਚ ਕਹਿੰਦੇ ਹਨ, ਜੋ ਉਪਜੋ ਸੋ ਬਿਨਸ ਹੈ ਪਰੋ ਆਜਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਕ ਹੋਰ ਸ਼ਬਦ ਕਹਿੰਦੇ ਹਨ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ। ਅਨਹੋਨੀ ਦਾ ਮਤਲਬ ਹੁੰਦਾ ਵੀ ਪਹਿਲਾਂ ਨਹੀਂ ਹੋਈ, ਪਹਿਲੀ ਵਾਰ ਵਾਪਰੀ ਹੈ। ਜੋ ਅਨਹੋਨੀ ਹੋਏ, ਕਹਿੰਦੇ ਨੇ ਹੇ ਮਨੁੱਖ, ਤੇਰੇ ਵਾਸਤੇ ਇਹ ਗੱਲ ਭਾਵੇਂ ਮੰਨਣ ਵਿੱਚ ਔਖੀ ਹੈ, ਪਰ ਤੇਰੀ ਗਿਆਤ ਲਈ ਦੱਸਦੇ ਹਾਂ ਵੀ ਇਹ ਕੋਈ ਅਨਹੋਣੀ ਨਹੀਂ ਹੋਈ। ਅਨਹੋਣੀ ਦਾ ਮੈਂ ਅਰਥ ਦੱਸਿਆ ਵੀ ਜਿਹੜੀ ਪਹਿਲਾਂ ਨਾ ਵਾਪਰੀ ਹੋਵੇ ਜਾਂ ਜਿਹਦੇ ਵਾਪਰਨ ਦੀ ਗੱਲ ਹੀ ਨਾ ਹੋਵੇ ਉਹ ਵਾਪਰ ਜਾਏ, ਅਸੀਂ ਕਹਿੰਦੇ ਨਾ ਵਾਪਰਨ ਵਾਲੀ ਗੱਲ ਵਾਪਰ ਗਈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਤਾਂ ਵਾਪਰ ਰਹੀ ਹੈ, ਸਾਰੇ ਪਾਸੇ ਹੀ ਵਾਪਰ ਰਹੀ ਹੈ, ਕਿੱਥੇ ਨਹੀਂ ਵਾਪਰ ਰਹੀ। ਇਸ ਕਰਕੇ ਪਾਤਸ਼ਾਹ ਕਹਿੰਦੇ ਜੋ ਵਰਤਾਰਾ ਵਰਤ ਰਿਹਾ ਇਹਨੂੰ ਅਨਹੋਣਾ ਨਹੀਂ ਕਿਹਾ ਜਾ ਸਕਦਾ, ਇਹ ਤਾਂ ਪ੍ਰੋਸੈਸ ਵਿੱਚ ਹੈ, ਇਹ ਤਾਂ ਨਿਰੰਤਰ ਇਸ ਕੁਦਰਤ ਦਾ ਇੱਕ ਅੰਗ ਬਣਿਆ ਹੋਇਆ ਹੈ। ਇਸ ਵਾਸਤੇ ਮਹਾਰਾਜ ਇਸ ਸੰਸਾਰ ਨੂੰ ਮ੍ਰਿਤਿਉ ਮੰਡਲ ਕਹਿੰਦੇ ਹਨ। ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗਈ ਜਿਉਂ ਕਾਗਜ਼ ਬੂੰਦਾਰ। ਜਿਵੇਂ ਕਾਗਜ਼ ਉੱਤੇ ਪਾਣੀ ਦੀ ਬੂੰਦ ਪੈ ਜਾਏ ਤੇ ਉਹ ਗਲ ਜਾਂਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ, ਸੁਣ ਮੇਰੀ ਮਨਸ਼ਾ ਮਨੈ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ, ਜੈਸਾ ਸੁਪਨਾ ਰੈਨ ਕਾ। ਮਨੁੱਖ ਜਿੰਨਾ ਚਿਰ ਸੁੱਤਾ ਹੋਇਆ ਸੁਪਨਾ ਮਾਣ ਰਿਹਾ ਹੈ, ਜਦੋਂ ਕੋਈ ਆ ਕੇ ਜਗਾ ਦੇਵੇ, ਜਦੋਂ ਅਸੀਂ ਜਾਗਦੇ ਹਾਂ ਸੁਪਨਾ ਵੀ ਨਾਲ ਹੀ ਟੁੱਟ ਜਾਂਦਾ। ਇਹਦਾ ਭਾਵ ਹੈ ਸੁਪਨਾ
ਨੀਂਦ ਵਿੱਚ ਲਿਆ ਜਾ ਰਿਹਾ। ਅਚੇਤ ਮਨ, ਮਨ ਦੇ ਦੋ ਭਾਗ ਖੋਜੀ ਵਿਦਵਾਨਾਂ ਨੇ ਦੱਸੇ ਹਨ। ਇੱਕ ਹੈ ਜੋ ਚੇਤਨ ਹੈ, ਇਸ ਵੇਲੇ ਅਸੀਂ ਬੈਠੇ ਜੋ ਕਹਿ ਰਹੇ ਹਾਂ, ਜੋ ਸੁਣ ਰਹੇ ਹਾਂ, ਜੋ ਵੀ ਕਿਰਿਆ ਅਸੀਂ ਕਰਾਂਗੇ ਸਾਡਾ ਸੁਚੇਤ ਮਨ ਕਰ ਰਿਹਾ ਹੈ। ਮਨ ਦਾ ਇੱਕ ਭਾਗ ਹੈ ਜਿਹੜਾ ਹਮੇਸ਼ਾ ਅਚੇਤ ਰਹਿੰਦਾ ਹੈ। ਅਚੇਤ ਉਹਨੂੰ ਕਿਉਂ ਕਿਹਾ ਵੀ ਆਪਾਂ ਇੱਥੇ ਬੈਠੇ ਹਾਂ, ਅੱਜ ਤੋਂ 10 ਸਾਲ ਪਹਿਲਾਂ ਵਾਪਰੀ ਗੱਲ ਸਾਨੂੰ ਯਾਦ ਆ ਰਹੀ ਹੈ, ਕਿਸੇ ਮਨੁੱਖ ਨੂੰ ਅਸੀਂ ਵੇਖਦੇ ਹਾਂ, ਉਹਦੇ ਨਾਲ ਹੋਈ ਬੀਤੀ 10 ਸਾਲ ਪਹਿਲਾਂ ਦੀ ਘਟਨਾ ਅਚਾਨਕ ਸਾਨੂੰ ਐਨ ਮੌਕੇ ਉੱਤੇ ਯਾਦ ਆ ਗਈ। ਇਹ ਹੈ ਵੀ ਸਾਡੇ ਅੰਦਰ ਉਹ ਚੀਜ਼ ਪਈ ਹੈ, ਜਿਸ ਵੇਲੇ ਉਹੋ ਜਿਹਾ ਮਾਹੌਲ ਦੁਬਾਰਾ ਬਣ ਜਾਂਦਾ ਹੈ, ਉਹੋ ਜਿਹੀ ਚੀਜ਼ ਦੇ ਸਾਹਮਣੇ ਚਲੇ ਜਾਂਦੇ, ਉਹ ਸਾਡੇ ਅੰਦਰ ਕਿਸੇ ਕੋਨੇ ਚ ਪਈ ਹੋਈ ਗੱਲ ਸਾਡੇ ਸਾਹਮਣੇ ਫਿਰ ਸਾਡੀ ਯਾਦ ਵਿੱਚ ਆ ਤਾਜ਼ਾ ਹੋ ਜਾਂਦੀ ਹੈ। ਉਹ ਹੈ ਅਚੇਤ ਮਨ। ਮਨੁੱਖ ਸੁੱਤਾ ਹੋਇਆ, ਸੁੱਤਿਆ ਹੋਇਆ ਉਹਦਾ ਅਚੇਤ ਮਨ ਆਪਣਾ ਵਰਕ ਜਾਰੀ ਰੱਖਦਾ, ਕੰਮ ਜਾਰੀ ਰੱਖਦਾ, ਉਹ ਨਹੀਂ ਸੌਂਦਾ। ਸੁਚੇਤ ਮਨ ਇੱਕ ਹਿੱਸਾ ਸੌਂ ਗਿਆ, ਅਚੇਤ ਮਨ ਵਰਕ ਕਰੀ ਜਾ ਰਿਹਾ, ਲਗਾਤਾਰ ਕਰੀ ਜਾ, ਉਹ ਵੀ ਖਿਆਲ ਆ ਰਹੇ ਹਨ ਜੋ ਅਸੀਂ ਪਹਿਲਾਂ ਸੁਣੇ ਜਾਂ ਕੀਤੇ ਜਾਂ ਹੰਢਾਏ, ਜੋ ਮਹਿਸੂਸ ਕੀਤੇ, ਚੱਲੀ ਜਾ ਰਹੇ, ਕੰਮ ਕਰੀ ਜਾ ਰਹੇ। ਉਹ ਉਦੋਂ ਹੀ ਸ਼ਾਇਦ ਕੰਮ ਕਰਨਾ ਬੰਦ ਕਰੇਗਾ ਜਦੋਂ ਸਾਡੀ ਸਾਰੀ ਹੋਂਦ ਮਿਟ ਜਾਏਗੀ, ਨਹੀਂ ਤਾਂ ਉਹ ਵਰਕ ਕਰਦਾ ਹੀ ਰਹੇਗਾ ਲਗਾਤਾਰ। ਸਾਡੇ ਸੌਂਦਿਆਂ ਵੀ, ਸਾਡੇ ਜਾਗਦਿਆਂ ਵੀ, ਹਰ ਵੇਲੇ ਉਹ ਲਗਾਤਾਰ ਕੰਮ ਕਰਦਾ ਰਹਿੰਦਾ। ਉਸ ਅਚੇਤ ਮਨ ਦੇ ਕੁਝ ਖਿਆਲ ਜਿਹੜੇ ਹਨ ਉਹ ਸਾਨੂੰ ਸੁੱਤਿਆਂ ਹੋਇਆਂ ਇਸ ਢੰਗ ਦੇ ਨਾਲ ਉਹਨਾਂ ਦੀ ਲੜੀ ਨਾਲ ਲੜੀ ਜੁੜਦੀ ਜਾਂਦੀ ਹੈ, ਉਹਨੂੰ ਅਸੀਂ ਸੁਪਨਾ ਕਹਿੰਦੇ ਹਾਂ ਕਿ ਇਹ ਸੁਪਨਾ ਹੈ। ਤੇ ਉਹ ਉਨਾ ਚਿਰ ਲੜੀ ਤੁਰਦੀ ਰਹਿੰਦੀ ਹੈ ਜਿੰਨਾ ਚਿਰ ਅਸੀਂ ਸੁੱਤੇ ਰਹਿੰਦੇ ਹਾਂ। ਫਿਰ ਜਿਸ ਵੇਲੇ ਅਸੀਂ ਜਾਗਦੇ ਹਾਂ, ਜਾਗਰਤ ਅਵਸਥਾ ਵਿੱਚ ਆਉਂਦੇ ਹਾਂ, ਸਰੀਰ ਆਪਣੀ ਨਾਰਮਲ ਹਾਲਤ ਵਿੱਚ ਆ ਜਾਂਦਾ ਹੈ, ਉਹ ਲੜੀ ਟੁੱਟ ਜਾਂਦੀ ਹੈ। ਹੁਣ ਗੁਰੂ ਮਹਾਰਾਜ ਕਹਿੰਦੇ ਉਹ ਸੁਪਨਾ ਜਿਹੜਾ ਤੁਸੀਂ ਨੀਂਦ ਵਿੱਚ ਲੈਂਦੇ ਹੋ ਉਨਾ ਚਿਰ ਚੱਲਦਾ ਜਿੰਨਾ ਚਿਰ ਤੁਸੀਂ ਜਾਗਦੇ ਨਹੀਂ, ਜਦੋਂ ਤੁਸੀਂ ਅੱਖਾਂ ਖੋਲ ਲਈਆਂ ਜਾਗ ਪਏ, ਸੁਪਨਾ ਨਾਲ ਹੀ ਟੁੱਟ ਗਿਆ। ਮਹਾਰਾਜ ਕਹਿੰਦੇ ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸੀ ਹੈ, ਕਿਆ ਲੱਗੇ ਗਵਾਰ, ਕਹਾਂ ਸੁਭਾਈ ਮੀਤ ਹੈ, ਦੇਖ ਨੈਣ ਪਸਾਰ, ਅੱਖਾਂ ਖੋਲ ਕੇ ਵੇਖ ਕਿੰਨੇ ਤੇਰੇ ਸੰਬੰਧੀ, ਤੇਰੇ ਪਿਆਰੇ, ਤੇਰੇ ਨਜ਼ਦੀਕੀ, ਤੇਰੀ ਜਾਣ ਪਛਾਣ ਵਾਲੇ, ਤੈਨੂੰ ਜਾਣਨ ਵਾਲੇ, ਜਿਨ੍ਹਾਂ ਨੂੰ ਤੂੰ ਜਾਣਦਾ ਤੁਰ ਨਹੀਂ ਗਏ, ਜਿਨ੍ਹਾਂ ਬਾਰੇ ਤੂੰ ਜਾਣਦਾ ਤੁਰ ਨਹੀਂ ਗਏ ਸੰਸਾਰ ਵਿੱਚੋਂ, ਕਹਾਂ ਸੁਭਾਈ ਮੀਤ ਹੈ, ਦੇਖ ਨੈਣ ਪਸਾਰ, ਇੱਕ ਚੱਲ ਹੈ ਇੱਕ ਚਾਲਸ ਹੈ ਸਭ ਆਪਣੀ ਵਾਰ, ਕੋਈ ਜਾ ਰਿਹਾ ਹੈ, ਕੋਈ ਚਲਾ ਗਿਆ ਹੈ, ਕਿਸੇ ਦੀ ਤਿਆਰੀ ਹੈ, ਸਾਰੇ ਆਪੋ ਆਪਣੀ ਵਾਰੀ ਦੇ ਉੱਤੇ ਅਖੀਰ ਤੁਰ ਜਾਣਗੇ। ਇਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਬੜੇ ਵਰਤੇ ਹਨ, ਉਦਾਹਰਣਾਂ ਬਹੁਤ ਦਿੱਤੀਆਂ ਹਨ। ਇਹਨੂੰ ਕਿਤੇ ਕੱਚੇ ਘੜੇ ਦੇ ਵਿੱਚ ਪਏ ਹੋਏ ਪਾਣੀ ਨਾਲ ਵੀ ਤੁਲਨਾ ਸ਼ੇਖ ਫਰੀਦ ਸਾਹਿਬ ਨੇ ਦਿੱਤੀ ਹੈ, ਵੀ ਕੱਚਾ ਭਾਂਡਾ ਰੱਖੀ ਹੈ ਕਿਚਰ ਤਾਈ ਨੀਰ, ਕਿਤੇ ਇਸ ਨੂੰ ਤੁਲਨਾ ਦਿੱਤੀ ਹੈ ਵੀ ਦਰਿਆ ਦਾ ਵਗਦਾ ਹੋਇਆ ਪਾਣੀ ਜਿਵੇਂ ਕੰਢੇ ਦੀ ਮਿੱਟੀ ਨੂੰ ਖੋਰਦਾ, ਸਮਾਂ ਤੇਰੇ ਜੀਵਨ ਨੂੰ ਐਵੇਂ ਖੋਰ ਰਿਹਾ। ਇੱਕ ਹੋਰ ਗੱਲ ਜੋ ਕਬੀਰ ਸਾਹਿਬ ਨੇ ਕਹੀ, ਕਹਿੰਦੇ ਦਿਨ ਤੇ ਪੈਰ, ਪੈਰ ਤੇ ਘਰੀਆਂ, ਸਮਾਂ ਜਿਹੜਾ ਇਸ ਨੂੰ ਅਸੀਂ ਵੰਡ ਲਿਆ ਨਾ ਆਪਣੇ ਹਿਸਾਬ ਨਾਲ, ਵੀ ਇੰਨੇ ਸਮੇਂ ਦੇ ਇੱਕ ਘੰਟਾ ਹੋਏਗਾ, ਇੱਕ ਮਿੰਟ ਦੇ ਵਿੱਚ ਇੰਨੇ ਸੈਕਿੰਡ ਹੋਣਗੇ, ਸੈਕਿੰਡ ਦੀ ਵੀ ਹੇਠਲੀ ਇਕਾਈ ਉੱਤੇ ਅਸੀਂ ਪਹੁੰਚ ਗਏ, ਔਰ ਫਿਰ ਅਸੀਂ ਉਹਨਾਂ ਦੀ ਕਾਊਂਟਿੰਗ ਕਰਦਿਆਂ, ਗਿਣਤੀ ਕਰਦਿਆਂ ਕਰਦਿਆਂ ਸਮੇਂ ਨੂੰ ਮਾਪਣ ਤੇ ਤੋਲਣ ਦੀ ਗੱਲ, ਦਿਨਾਂ, ਹਫ਼ਤਿਆਂ, ਮਹੀਨਿਆਂ, ਫਿਰ ਸਾਲਾਂ ਤੇ ਦਹਾਕਿਆਂ ਚ ਚਲੀ ਗਈ, ਸਦੀਆਂ ਚ ਚਲੀ ਗਈ। ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਸਮਾਂ ਹੈ, ਦਿਨ ਤੇ ਪੈਰ, ਪੈਰ ਤੇ ਘਰੀਆਂ, ਇਹ ਸਮਾਂ ਕੀ ਕਰਦਾ ਹੈ? ਤੁਹਾਨੂੰ ਹੰਢਾਉਂਦਾ ਹੈ। ਤੁਸੀਂ ਕਹਿੰਦੇ ਹੋ ਨਾ ਅਸੀਂ ਸਮਾਂ ਪਾਸ ਕਰ ਰਹੇ ਹਾਂ, ਨਹੀਂ, ਸਮਾਂ ਤੁਹਾਨੂੰ ਪਾਸ ਕਰ ਰਿਹਾ, ਤੁਸੀਂ ਸਮੇਂ ਨੂੰ ਪਾਸ ਨਹੀਂ ਕਰ ਸਕਦੇ।
ਸਮਾਂ ਸਾਨੂੰ ਪਾਸ ਸਮਾਂ ਆਪਣੀ ਰਫਤਾਰ ਨਾਲ ਤੁਰਿਆ ਜਾਂਦਾ, ਅਸੀਂ ਉੱਥੇ ਖਲੋਤੇ ਰਹਿੰਦੇ ਹਾਂ। ਔਰ ਉਹ ਵੀ ਵਕਤ ਪੁੱਜ ਜਾਂਦਾ ਜਿਸ ਵੇਲੇ ਬਸ ਦਿੱਤਾ ਹੋਇਆ ਵਕਤ ਸਮਾਪਤ ਹੈ, ਜੀਵਨ ਦੀ ਖੇਡ ਮੁੱਕ ਜਾਂਦੀ ਹੈ। ਸਮਾਂ ਸਾਨੂੰ ਹੰਢਾਉਂਦਾ ਤੁਰਿਆ ਜਾਂਦਾ, ਹੰਢਾਉਂਦਾ ਤੁਰਿਆ ਜਾਂਦਾ ਹੈ। ਅਸੀਂ ਇੱਕ ਛੋਟੇ ਜਿਹੇ ਅਣੂ ਤੋਂ ਪੈਦਾ ਹੋਏ, ਇੱਕ ਵਿਸ਼ਾਲ ਸਰੀਰ ਧਾਰਨ ਕਰਦੇ ਹਾਂ, ਉਹ ਸਰੀਰ ਫਿਰ ਸਮੇਂ ਨਾਲ ਪੁਰਾਣਾ ਹੁੰਦਾ ਜਾਂਦਾ, ਫਿਰ ਉਹਦੀ ਇਹ ਦਸ਼ਾ ਹੋ ਜਾਂਦੀ ਹੈ ਕਿ ਸਮਾਂ ਨੂੰ ਅਖੀਰ ਹੌਲੀ ਹੌਲੀ ਮੁਕਾਈ ਦਿੰਦਾ। ਇਸ ਨੂੰ ਜਿਨ੍ਹਾਂ ਸ਼ਬਦਾਂ ਚ ਕਹਿ ਰਹੇ ਨੇ ਕਬੀਰ ਸਾਹਿਬ, ਕਹਿੰਦੇ ਆਵ ਘਟੈ, ਦੋ ਸਮਾਂ ਦੋ ਗੱਲਾਂ ਕਰਦਾ, ਇੱਕ ਤਾਂ ਉਮਰ ਘਟਾਉਂਦਾ ਤੇ ਦੂਜਾ ਤਨ ਚੀਜ਼ਾਂ ਸਰੀਰ ਕਮਜ਼ੋਰ ਕਰਦਾ। ਸਮੇਂ ਦੇ ਮੁਤਾਬਕ ਸਰੀਰ ਕਮਜ਼ੋਰ ਹੋਏਗਾ ਤੇ ਉਮਰ ਘਟ ਜਾਏਗੀ। ਕਬੀਰ ਸਾਹਿਬ ਨੇ ਇੱਕ ਜਗ੍ਹਾ ਕਿਹਾ ਹੈ ਵੀ ਅਸੀਂ ਕਿਸੇ ਦੇ ਵੱਧਦੇ ਹੋਏ ਸਰੀਰ ਨੂੰ ਵੇਖ ਕੇ ਅਸੀਂ ਕਹਿੰਦੇ ਵੱਡਾ ਹੋ ਰਿਹਾ, ਬੱਚੇ ਦੀ ਉਮਰ ਵੱਡੀ ਹੋ ਰਹੀ ਹੈ, ਬੱਚਾ ਵੱਡਾ ਹੋ ਗਿਆ। ਕਬੀਰ ਸਾਹਿਬ ਕਹਿੰਦੇ ਜੇ ਦੂਜੇ ਪਾਸਿਓਂ ਤੱਕੋ ਤੇ ਛੋਟਾ ਵੀ ਹੋ ਗਿਆ, ਵੀ ਜੇ ਇਹਦੀ ਉਮਰ 20 ਸਾਲ ਹੈ ਤੇ 20 ਸਾਲ ਦੀ ਕਟੌਤੀ ਕਰ ਦਿਓ, ਲੈਸ ਕਰ ਦਿਓ ਇਹਦੀ ਲਾਈਫ ਦੇ ਸਮੇਂ ਵਿੱਚੋਂ, ਯਾਨੀ ਕਿ 20 ਸਾਲ ਇਹ ਹੰਢਾ ਚੁੱਕਿਆ। ਕੁਦਰਤ ਵੱਲੋਂ ਨੀਅਤ ਜਿੰਨਾ ਵੀ ਇਹਦੇ ਕੋਲ ਜੀਵਨ ਹੋਏਗਾ, ਉਹਦਾ ਦਾਅਵਾ ਤੇ ਨਹੀਂ ਕੀਤਾ ਜਾ ਸਕਦਾ, ਜਿੰਨਾ ਵੀ ਹੈ, ਮੰਨ ਲਵੋ ਜੇ ਉਹ 60 ਸਾਲ ਜਿਉਂਦਾ ਇਸ ਧਰਤੀ ਦੇ ਉੱਤੇ, ਤਾਂ ਅਸੀਂ ਜਿਸ ਵੇਲੇ ਕਹਿ ਰਹੇ ਸਾਂ ਵੀ ਇਹ ਵੱਡਾ ਹੋ ਗਿਆ, 20 ਸਾਲ ਦਾ ਹੋ ਗਿਆ, ਉਦੋਂ ਉਹਦੇ ਕੋਲ 40 ਸਾਲ ਬਕਾਇਆ ਬਚੇ ਸਨ, 20 ਤਾਂ ਲੈਸ ਹੋ ਗਏ ਸਨ, ਤੋ ਉਸ ਹਿਸਾਬ ਨਾਲ ਉਹ ਵੱਡਾ ਨਹੀਂ ਸੀ ਹੋਇਆ, ਉਸ ਹਿਸਾਬ ਨਾਲ ਉਹ ਛੋਟਾ ਹੋ ਗਿਆ ਸੀ, ਕਿਉਂਕਿ ਉਹ ਜਿਸ ਪਾਸੇ ਸਫ਼ਰ ਕਰ ਰਿਹਾ ਸੀ ਉਹ ਪਾਸਾ ਸਿੱਧਾ ਹੀ ਮੌਤ ਵਾਲਾ ਹੈ, ਜਿਸ ਪਾਸੇ ਅਸੀਂ ਜਾ ਰਹੇ ਹਾਂ ਉਹ ਸਿੱਧਾ ਹੀ ਹੁਣ ਸਾਡੀ ਮੌਤ ਉੱਤੇ ਜਾਏਗਾ। ਜਨਮ ਵਾਲਾ ਸਮਾਂ ਤਾਂ ਜਨਮ ਤਾਂ ਅਸੀਂ ਲੈ ਲਿਆ, ਉਹ ਤਾਂ ਪਿੱਛੇ ਰਹਿ ਗਿਆ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਉਹ ਤਾਂ ਪਿੱਛੇ ਰਹਿ ਗਈ ਹੁਣ ਗੱਲ, ਹੁਣ ਤਾਂ ਅਸੀਂ ਗਾਂਹ ਨੂੰ ਹੀ ਜਾ ਰਹੇ ਹਾਂ, ਲੰਘਦੇ ਹੀ ਜਾ ਰਹੇ ਹਾਂ, ਉੱਥੇ ਪਹੁੰਚਾਂਗੇ ਜਿੱਥੇ ਅਖੀਰ ਔੜਕ ਨੂੰ ਸਾਰੇ ਹੀ ਪਹੁੰਚ ਜਾਂਦੇ ਹਨ। ਤੋ ਕਬੀਰ ਸਾਹਿਬ ਨੇ ਆਖਿਆ ਆਵ ਘਟੈ ਤਨ ਚੀਜੈ, ਯਾਦ ਰੱਖਣਾ ਉਹ ਘੜੀ ਉਹ ਵਕਤ ਜਿਸ ਵੇਲੇ ਸਾਡੀ ਇਹ ਹੋਂਦ ਸਰੀਰ ਦੀ ਮਿਟੇਗੀ, ਉਹਨੂੰ ਸ਼ਿਕਾਰੀ ਕਿਹਾ, ਉਸ ਸਮੇਂ ਨੂੰ, ਉਸ ਘੜੀ ਨੂੰ, ਕਹਿੰਦੇ ਉਹ ਸ਼ਿਕਾਰੀਆਂ ਵਾਂਗ ਸਾਨੂੰ ਭਾਲ ਰਹੀ ਹੈ, ਜਦੋਂ ਐਨ ਮੌਕਾ ਆ ਬਣਿਆ ਨਾ ਉਸ ਵੇਲੇ ਅਸੀਂ ਉਹਦੇ ਸ਼ਿਕਾਰ ਹੋਈ ਜਾਣਾ, ਸਾਡਾ ਮਨ ਰਾਜ਼ੀ ਹੋਵੇ ਨਾ ਰਾਜ਼ੀ ਹੋਵੇ ਇਸ ਨਾਲ ਕੋਈ ਮਤਲਬ ਨਹੀਂ, ਸਾਡਾ ਮਨ ਮੰਨੇ ਵੀ ਅਸੀਂ ਤੁਰ ਜਾਈਏ ਨਾ ਮੰਨੇ ਇਹਦੇ ਨਾਲ ਕੀ ਮਤਲਬ, ਉਹ ਸਮੇਂ ਨੇ ਸਾਨੂੰ ਆਪਣਾ ਸ਼ਿਕਾਰ ਐਨ ਮੌਕੇ ਦੇ ਉੱਤੇ ਬਣਾ ਲੈਣਾ। ਕਾਲ ਅਹੇਰੀ ਫਿਰੈ ਬਧਕ ਜਿਉਂ, ਅੱਗੇ ਕਹਿ ਕਹੋ ਕਵਨ ਬਿਦ ਕੀਜੈ, ਤੂੰ ਕੀ ਕਰ ਲਏਗਾ। ਸੋ ਦਿਨ ਆਵਨ ਲਾਗਾ, ਉਹ ਘੜੀ ਉਹ ਦਿਨ ਉਹ ਸਮਾਂ ਜੋ ਨੀਅਤ ਹੈ ਉਹ ਆ ਰਿਹਾ ਹੈ। ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕਾਕਾ, ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੁਝੈ। ਜਿੰਨਾ ਚਿਰ ਜੀਵਨ ਚੱਲ ਰਿਹਾ ਪਸ਼ੂ ਆਪਣੇ ਜੀਵਨ ਬਾਰੇ ਕਦੇ ਸੋਚਦਾ ਹੀ ਨਹੀਂ। ਪਸ਼ੂ ਸਾਨੂੰ ਕਹਿ ਕਿ ਪਸ਼ੂਆਂ ਦੀ ਤਰ੍ਹਾਂ ਜਿਉਂਦਾ ਹਰਕਤਾਂ ਕਰਦਾ, ਕਦੇ ਆਪਣੇ ਜੀਵਨ ਬਾਰੇ ਥੋੜਾ ਵੀ ਤੂੰ ਸੁਚੇਤ ਹੋਇਆ, ਥੋੜਾ ਵੀ ਕਦੇ ਆਪਣੇ ਜੀਵਨ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ ਹੈ। ਔਰ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੈ, ਹਾਸਲ ਕੀ ਹੁੰਦਾ ਥਾਕਾ ਤੇਜ, ਉੱਡਿਆ ਮਨ ਪੰਖੀ ਘਰ ਆਂਗਰ ਨਾ ਸੁਹਾਈ। ਇਹ ਅਵਸਥਾ ਸਾਡੇ ਜੀਵਨ ਦੀ ਬਣ ਗਈ। ਹੁਣ ਜਦੋਂ ਇਹਨਾਂ ਉਦਾਹਰਣਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿਚ ਸਾਡੇ ਜੀਵਨ ਦੀ ਇਹ ਵੱਡੀ ਸਚਾਈ ਜਿਹੜੀ ਅਸੀਂ ਆਮ ਤੌਰ ਉਤੇ ਸੁਣਨਾ ਨਹੀਂ ਚਾਹੁੰਦੇ, ਸਾਡੀ ਤਾਂ ਇਥੋਂ ਤੱਕ ਵੀ ਦਸ਼ਾ ਵੇਖੀ ਗਈ ਹੈ, ਮੁਆਫ ਕਰਨਾ, ਵੀ ਅਸੀਂ ਕੋਈ
ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਬੜਾ ਹੀ ਖੁਸ਼ੀ ਦਾ ਕੋਈ ਪ੍ਰੋਗਰਾਮ ਕਰਵਾ ਰਹੇ ਹਾਂ, ਕਈ ਲੋਕ ਉਥੇ ਵੀ ਐਸਾ ਵਿਹਾਰ ਕਰਨਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਵੀ ਖੁਸ਼ੀ ਵਾਲਾ ਆਉਣਾ ਚਾਹੀਦਾ ਹੈ, ਸ਼ਬਦ ਵੀ ਖੁਸ਼ੀ ਵਾਲੇ ਪੜ੍ਹਨੇ ਚਾਹੀਦੇ ਹਨ। ਸਮਝ ਨਹੀਂ ਆਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿਚ ਇਸ ਤਰ੍ਹਾਂ ਦਾ ਭੇਦ ਭਾਵ ਅਸੀਂ ਕਿਉਂ? ਜਦੋਂ ਤੁਸੀਂ ਅਖੰਡ ਪਾਠ ਸਾਹਿਬ ਕਰਵਾਉਂਦੇ ਹੋ ਜਾਂ ਸਹਿਜ ਪਾਠ, ਤਾਂ ਉਹ ਸਾਰੇ ਸ਼ਬਦ ਤਾਂ ਤੁਸੀਂ ਪੜ੍ਹਦੇ ਹੀ ਹੋ, ਕਿਹੜੇ ਛੱਡ ਜਾਂਦੇ ਹੋ? ਇਹ ਸਾਡੀ ਮਰਜ਼ੀ ਮੁਤਾਬਕ ਨਹੀਂ ਹਨ, ਇਹਨਾਂ ਨੂੰ ਛੱਡ ਦਿਓ। ਤੋ ਸਾਡੀ ਮੰਨੀਆਂ ਪ੍ਰਮੰਨੀਆਂ ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਐਸੀਆਂ ਹਸਤੀਆਂ ਵੀ ਇਹਨਾਂ ਭਰਮਾਂ ਵਿਚ ਉਲਝੀਆਂ ਵੇਖੀਆਂ ਗਈਆਂ ਨੇ ਕਿ ਜਿਸ ਵੇਲੇ ਕੋਈ ਖੁਸ਼ੀ ਦਾ ਦੇ ਸੰਬੰਧ ਵਿਚ ਕੋਈ ਧਾਰਮਿਕ ਪ੍ਰੋਗਰਾਮ ਹੋ ਰਿਹਾ, ਕਿਸੇ ਦੇ ਘਰ ਵਿਚ ਹੋ ਰਿਹਾ ਜਾਂ ਕਿਸੇ ਵੀ ਜਗ੍ਹਾ ਤੇ, ਤਾਂ ਉਹ ਉਨ੍ਹਾਂ ਦਾ ਮੰਨਣਾ ਹੈ ਕਿ ਐਸਾ ਸ਼ਬਦ ਹੁਕਮ ਮੁੱਖ ਵਾਕ ਦੇ ਰੂਪ ਵਿਚ ਨਾ ਲੈਣਾ ਜਿਸ ਵਿਚ ਖਾਸ ਤੌਰ ਉਤੇ ਮੌਤ ਵਗੈਰਾ ਦਾ ਜ਼ਿਕਰ ਹੋਵੇ। ਪਰ ਹੈਰਾਨੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੇ ਸਾਰੀ ਬਾਣੀ ਇਕ ਸਾਰ ਹੈ, ਫਿਰ ਸੱਚ ਤੋਂ ਸੱਚ ਨੂੰ ਅਗਰ ਮੈਂ ਨਾ ਵੀ ਸੁਣਨਾ ਪਸੰਦ ਕਰਾਂ ਤਾਂ ਉਹ ਬਦਲ ਤੇ ਨਹੀਂ ਜਾਏਗਾ, ਉਹੋ ਹੀ ਰਹੇਗਾ, ਜੈਸਾ ਉਹ ਹੈ ਵੈਸਾ ਹੀ ਰਹੇਗਾ। ਇਹ ਵੱਖਰੀ ਗੱਲ ਹੈ ਮੈਂ ਨਹੀਂ ਸੁਣਨਾ ਚਾਹੁੰਦਾ, ਮੈਂ ਉਹਨੂੰ ਦੇਖ ਕੇ ਅੱਖਾਂ ਬੰਦ ਕਰਦਾ ਹਾਂ ਵੀ ਮੈਂ ਤਾਂ ਦੇਖਿਆ ਹੀ ਨਹੀਂ, ਪਰ ਉਹ ਵਾਪਰੇਗਾ, ਉਹ ਬਲੀ ਹੈ। ਸਾਡੇ ਅੱਖਾਂ ਬੰਦ ਕਰ ਲੈਣ ਨਾਲ, ਨਾ ਸੁਣਨ ਨਾਲ ਸਚਾਈ ਬਦਲ ਨਹੀਂ ਜਾਏਗੀ, ਉਹ ਉਸੇ ਤਰ੍ਹਾਂ ਦੀ ਰਹੇਗੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਪੜ੍ਹਨ ਵਾਸਤੇ ਮਿਲਿਆ ਕਿ ਜਿਸ ਵੇਲੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਸਭ ਤੋਂ ਪਹਿਲਾਂ ਤਿੰਨ ਬੜੇ ਹੀ ਪਿਆਰੇ ਸਿੱਖਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਦੋਨੋਂ ਸਕੇ ਭਰਾ ਸਨ, ਔਰ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਦੇ ਖਾਨਦਾਨ ਨਾਲ ਸੰਬੰਧਿਤ ਨੇ, ਔਰ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਨੂੰ ਜ਼ਿੰਦਾ ਰੂਮ ਵਿਚ ਲਪੇਟ ਕੇ ਜ਼ਿੰਦਾ ਹੀ ਜਲਾ ਦਿੱਤਾ ਗਿਆ, ਔਰ ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲ ਕੇ। ਮੈਂ ਇਸੀਆਂ ਤਿੰਨ ਮਹਾਨ ਹਸਤੀਆਂ ਦਾ ਜ਼ਿਕਰ ਸਿੱਖ ਇਤਿਹਾਸ ਵਿਚੋਂ ਪੜਿਆ। ਪਹਿਲੇ ਤਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੂੰ ਉਬਲਦੀ ਦੇਗ ਵਿਚ ਬਿਠਾਉਣ ਦਾ ਅਸੀਂ ਇਤਿਹਾਸ ਵਿਚੋਂ ਜ਼ਿਕਰ ਪੜ੍ਹਦੇ ਹਾਂ, ਦੂਸਰੇ ਭਾਈ ਦਿਆਲਾ ਜੀ ਨੇ, ਔਰ ਤੀਸਰੇ ਇਕ ਪਿਛਲੇ ਥੋੜੇ ਜੇ ਵਕਤ ਦੇ ਸਿੱਖ ਸੰਘਰਸ਼ ਦੇ ਵਿਚ ਜੋ ਸਰਕਾਰੀ ਜ਼ੁਲਮਾਂ ਦਾ ਆਪਣੇ ਪਿੰਡੇ ਦੇ ਉਤੇ ਉਨ੍ਹਾਂ ਨੇ ਕਹਿਰ ਹੰਢਾਇਆ, ਭਾਈ ਹਰਦੇਵ ਸਿੰਘ ਦੇ ਸਗਲੇ ਚ ਪਾਣੀ ਪਾ ਕੇ ਬਾਹਾਂ ਨੂੰ ਬੰਨ ਕੇ ਰੱਸਿਆਂ ਨਾਲ ਔਰ ਥੱਲੇ ਅੱਗ ਬਾਲ ਦਿੱਤੀ ਗਈ। ਇਵੇਂ ਲੱਗਦਾ ਹੈ ਜਿਵੇਂ ਤਕਨੀਕਾਂ ਜਿਹੜੀਆਂ ਪੁਰਾਣੀਆਂ ਪਈਆਂ ਹੋਈਆਂ ਨੇ ਨਾ ਹਿਸਟਰੀ ਦੇ ਵਿਚ, ਵੀ ਕਿਸੇ ਜ਼ਾਲਮ ਨੇ ਕਿਸੇ ਨੂੰ ਆਪਣੀ ਗੱਲ ਮਨਾਉਣ ਲਈ ਆਹ ਤਕਨੀਕ ਵਰਤੀ, ਉਹ ਨਵੇਂ ਜ਼ਾਲਮਾਂ ਦੇ ਕੰਮ ਆ ਜਾਂਦੀ ਹੈ। ਇਹ ਵੇਖਿਆ ਗਿਆ ਵੀ ਜੇ ਪੁਰਾਣੇ ਸਿਦਕ ਦੀ ਗੱਲ ਨਵੇਂ ਕੁਝ ਸਿਦਕੀਆਂ ਦੇ ਕੰਮ ਆਉਂਦੀ ਹੈ, ਤੇ ਕੁਝ ਪੁਰਾਣੀਆਂ ਜ਼ੁਲਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਵੇਂ ਜ਼ਾਲਮਾਂ ਦੇ ਵੀ ਕੰਮ ਆ ਜਾਂਦੀਆਂ ਨੇ, ਕਿਉਂਕਿ ਦੋਵੇਂ ਹੀ ਤਜਰਬੇ ਇਤਿਹਾਸ ਵਿਚ ਪਏ ਨੇ। ਖੈਰ, ਤਿੰਨ ਸਿੱਖਾਂ ਨੂੰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਨਮੁਖ ਸ਼ਹੀਦ ਕੀਤਾ ਜਾਂਦਾ, ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਵਕਤ ਆਉਂਦਾ, ਕਾਜ਼ੀ ਉਨ੍ਹਾਂ ਨੂੰ ਇਕ ਗੱਲ ਕਹਿੰਦਾ ਵੀ ਮੈਂ ਤੁਹਾਡੇ ਮਜ਼ਹਬ ਬਾਰੇ ਕੁਝ ਜਾਣਦਾ, ਤੁਹਾਡਾ ਮਜ਼ਹਬ ਤਾਂ ਇਸ ਜੀਵਨ ਨੂੰ ਅਮੋਲਕ ਹੀ ਬੜਾ ਮੰਨਦਾ, ਇਹ ਜੀਵਨ ਬੜਾ ਦੁਰਲੱਭ ਹੈ, ਬੜਾ ਕੀਮਤੀ ਹੈ। ਹੇ ਗੁਰੂ ਸਾਹਿਬ, ਤੁਸੀਂ ਆਪ ਇਸ ਗੱਲ ਦਾ ਪ੍ਰਚਾਰ ਕਰਦੇ ਹੋ ਵੀ ਇਹ ਜੀਵਨ ਬੜਾ ਦੁਰਲੱਭ ਹੈ, ਇਸ ਨੂੰ ਸੰਭਾਲੋ, ਇਸ ਨੂੰ ਜੀਵੋ ਤੇ ਇਸ ਦਾ ਆਨੰਦ ਲਵੋ, ਪਰ ਤੁਹਾਡੀਆਂ ਅੱਖਾਂ ਸਾਹਮਣੇ ਵੇਖੋ ਤਿੰਨ ਦੁਰਲੱਭ ਜ਼ਿੰਦਗੀਆਂ ਇੱਕ ਜਿੱਦ ਦੇ ਕਾਰਨ
ਕਿਸ ਤਰ੍ਹਾਂ ਕੋਹ ਕੇ ਸਰਕਾਰ ਨੇ ਖਤਮ ਕਰ ਦਿੱਤੀਆਂ। ਤੁਹਾਨੂੰ ਨਹੀਂ ਲੱਗਦਾ ਤੁਸੀਂ ਆਪਣੇ ਕਹੇ ਤੋਂ ਉਲਟ ਜਾ ਰਹੇ ਹੋ? ਇੱਕ ਪਾਸੇ ਜੀਵਨ ਨੂੰ ਦੁਰਲੱਭ ਮੰਨਦੇ ਹੋ, ਦੂਜੇ ਪਾਸੇ ਆਪ ਹੀ ਇਹਨਾਂ ਤਸੀਹਿਆਂ ਨੂੰ ਸਹਿਣ ਵਾਸਤੇ ਤੁਸੀਂ ਹਾਮੀ ਭਰ ਦਿੱਤੀ ਵੀ ਸਾਨੂੰ ਤੁਹਾਡੀ ਗੱਲ ਪ੍ਰਵਾਨ ਨਹੀਂ, ਅਸੀਂ ਮਰਨ ਵਾਸਤੇ ਤਿਆਰ ਹਾਂ। ਹੁਣ ਹੈ ਸਮਝਣ ਵਾਲੀ ਗੱਲ ਹੈ ਨਾ, ਵੀ ਸਾਰਾ ਜੀਵਨ ਇਹ ਪ੍ਰਚਾਰ ਕੀਤਾ ਵੀ ਭਾਈ ਜੀਵਨ ਬੜਾ ਦੁਰਲੱਭ ਹੈ, ਇਹਨੂੰ ਵਿਕਾਰਾਂ ਚ ਨਾ ਗਵਾਓ, ਇਹਨੂੰ ਵਹਿਮਾਂ ਭਰਮਾਂ ਚ ਨਾ ਗਵਾਓ, ਇਹਨੂੰ ਕਰਮ ਕਾਂਡਾਂ ਚ ਖਰਾਬ ਨਾ ਕਰੋ, ਇਹਨੂੰ ਆਪਸੀ ਵੈਰ ਵਿਰੋਧ ਵਿਚ ਇਸ ਦਾ ਬੁਰਾ ਹਾਲ ਨਾ ਕਰੋ, ਇਹਦੀ ਕੀਮਤ ਸਮਝੋ। ਸਾਰੀ ਉਮਰ ਐਸਾ ਪ੍ਰਚਾਰ ਕੀਤਾ ਹੋਵੇ ਤੇ ਇੱਕ ਵਕਤ ਇੱਕ ਸਮਾਂ ਜੀਵਨ ਦੇ ਵਿਚ ਐਸਾ ਆ ਜਾਏ ਜਿਸ ਸਮੇਂ ਵਿਚ ਕੋਈ ਆ ਕੇ ਆਖੇ ਵੀ ਜੇ ਤੁਸੀਂ ਆਹ ਗੱਲ ਮੰਨ ਲਓ ਤੇ ਬਿਹਤਰ ਹੈ, ਨਹੀਂ ਤੇ ਤੁਹਾਨੂੰ ਮਾਰ ਦਿੱਤਾ ਜਾਏਗਾ। ਤਾਂ ਉਹ ਸਾਰੀ ਜ਼ਿੰਦਗੀ ਇਹ ਪ੍ਰਚਾਰ ਕਰਨ ਵਾਲੇ ਮਹਾਨ ਪੁਰਖ ਜਿਨ੍ਹਾਂ ਨੇ ਆਖਿਆ ਹੋਵੇ ਵੀ ਜੀਵਨ ਬੜਾ ਦੁਰਲੱਭ ਹੈ ਸੰਭਾਲੋ, ਉਹ ਕਹਿਣ ਵੀ ਸਾਨੂੰ ਮੌਤ ਕਬੂਲ ਹੈ। ਉੱਥੇ ਆ ਕੇ ਜੀਵਨ ਦੇ ਦੁਰਲੱਭ ਹੋਣ ਦੀ ਗੱਲ ਜਿਹੜੀ ਹੈ ਵੀ ਇਹ ਬੜਾ ਦੁਰਲੱਭ ਜੀਵਨ ਹੈ, ਉੱਥੇ ਆ ਕੇ ਸਾਨੂੰ ਮੌਤ ਚਾਹੀਦੀ ਹੈ। ਉਪਰੀ ਨਜ਼ਰ ਦੇ ਨਾਲ ਦੋ ਵੱਖ ਵੱਖ ਗੱਲਾਂ ਹੋਣਗੀਆਂ। ਕਾਜ਼ੀ ਦਾ ਜੋ ਪ੍ਰਸ਼ਨ ਸੀ ਕਿ ਹੇ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡਾ ਮਜ਼ਹਬ ਇਹ ਕਹਿੰਦਾ, ਤੁਹਾਡਾ ਵਿਚਾਰ ਇਹ ਕਹਿੰਦਾ, ਤੋਰ ਤੁਸੀਂ ਸਿਖਾਉਂਦੇ ਵੀ ਸਾਰੀ ਜ਼ਿੰਦਗੀ ਇਹੋ ਰਹੇ ਹੋ ਵੀ ਜੀਵਨ ਬੜਾ ਦੁਰਲੱਭ ਹੈ, ਤੁਹਾਡੇ ਸਾਹਮਣੇ ਤਿੰਨ ਜ਼ਿੰਦਗੀਆਂ ਚਲੀਆਂ ਗਈਆਂ, ਕਿਵੇਂ ਸਰਕਾਰ ਨੇ ਉਹਨਾਂ ਨੂੰ ਦੁੱਖ ਤੇ ਕਸ਼ਟ ਦਿੱਤੇ, ਤੁਹਾਨੂੰ ਚਾਹੀਦਾ ਸੀ ਤੁਸੀਂ ਉਹਨਾਂ ਨੂੰ ਬਚਾਉਂਦੇ, ਔਰ ਉਹਨਾਂ ਨੂੰ ਬਚਾਉਂਦੇ ਸਾਡੀ ਗੱਲ ਮੰਨਿਆ ਹੀ ਤੁਹਾਡਾ ਛੁਟਕਾਰਾ ਹੋ ਸਕਦਾ ਸੀ, ਤੁਸੀਂ ਨਹੀਂ, ਨਾ ਤੁਸੀਂ ਜੇਲ ਛੱਡੀ ਨਾ ਤੁਹਾਡੇ ਸਿੱਖਾਂ ਨੇ ਛੱਡੀ, ਹੁਣ ਤੁਹਾਡੀ ਵਾਰੀ ਹੈ, ਤੁਸੀਂ ਸੋਚੋ ਕੀ ਕਰਨਾ। ਗੁਰੂ ਤੇਗ ਬਹਾਦਰ ਮਹਾਰਾਜ ਮੁਸਕੁਰਾਏ। ਵੈਸੇ ਇੱਕ ਬੜੀ ਸਵਾਦਰੀ ਗੱਲ ਹੈ, ਜਿਸ ਨੇ ਜ਼ੁਲਮ ਕਰਨਾ ਹੋਵੇ ਨਾ ਉਹਨੇ ਆਪਣਾ ਕਾਨੂੰਨ ਦਾ ਢਾਂਚਾ ਪੂਰਾ ਪਰਫੈਕਟ ਕਰਕੇ ਰੱਖਿਆ ਹੁੰਦਾ, ਤੁਸੀਂ ਉਹਦੇ ਚ ਖਾਮੀ ਉਹਦੀ ਨਜ਼ਰ ਨਾਲ ਵੇਖੋਗੇ ਤੇ ਕੋਈ ਖਾਮੀ ਨਹੀਂ। ਹੁਣ ਬਕਾਇਦਾ ਸਾਰਾ ਕਾਨੂੰਨ ਦਾ ਸਿਸਟਮ ਜਿਹੜਾ ਉਹ ਪੂਰਾ ਕਰਕੇ ਰੱਖਿਆ ਹੁੰਦਾ ਤਾਂ ਕਿ ਜੇ ਕੋਈ ਆ ਕੇ ਗਲਤ ਕੀਤਾ ਉਹ ਕਹਿ ਸਕਣ ਦੇਖੋ ਜੀ ਕਾਨੂੰਨ ਮੁਤਾਬਕ ਕੀਤਾ ਸਾਰਾ ਕੁਝ। ਇਹਦਾ ਇੱਕ ਮਤਲਬ ਇਹ ਵੀ ਹੈ ਵੀ ਤਾਕਤਵਰ ਧਿਰ ਜਿਹੜੀ ਹੈ ਉਹ ਕਾਨੂੰਨ ਨੂੰ ਆਪਣੇ ਹਿਸਾਬ ਨਾਲ ਹੀ ਘੜਦੀ ਹੈ ਤੇ ਆਪਣੇ ਹਿਸਾਬ ਨਾਲ ਹੀ ਲਾਗੂ ਕਰਦੀ, ਉਹ ਇੰਨੀਆਂ ਕੁ ਪੋਸੀਬਿਲਟੀਆਂ ਉਹਦੇ ਵਿੱਚ ਰੱਖਦੀ ਹੈ ਵੀ ਜੇ ਅਸੀਂ ਕੁਝ ਗਲਤ ਵੀ ਕਰੀਏ ਤੇ ਕਾਨੂੰਨ ਉਹਦੇ ਤੇ ਪਰਦਾ ਪਾ ਲਵੇ, ਤੇ ਜੇ ਅਸੀਂ ਕੁਝ ਗਲਤ ਵੀ ਕਰੀਏ ਨਾ ਤੇ ਕਾਨੂੰਨ ਉਹਦੇ ਉੱਤੇ ਪਰਦਾ ਪਾ ਲਵੇ। ਇਹਨੂੰ ਸਾਡੇ ਇੱਕ ਸਿੱਖ ਵਿਚਾਰਵਾਨ ਨੇ ਕਿਹਾ ਵੀ ਤਕੜੇ ਵਾਸਤੇ ਜਿਹੜਾ ਕਾਨੂੰਨ ਹੈ ਉਹ ਤੂਤ ਦੀ ਛਮਕ ਹੁੰਦਾ ਕਿ ਉਹਨੂੰ ਮੋੜ ਕੇ ਉਹਦਾ ਕੁਝ ਵੀ ਬਣਾ ਸਕਦਾ, ਤੇ ਮਾੜੇ ਵਾਸਤੇ ਜਿਹੜੀ ਧਿਰ ਕਮਜ਼ੋਰ ਹੋਵੇ ਉਹਦੇ ਵਾਸਤੇ ਲੋਹੇ ਦੀ ਲੱਠ ਹੁੰਦੀ ਵੀ ਉਹਦੇ ਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਤੁਹਾਡੇ ਲਈ ਕਾਨੂੰਨ ਹੈ, ਉਹਨਾਂ ਵਾਸਤੇ ਉਹ ਇੱਕ ਖੇਡ ਹੈ ਜਿਹਨੂੰ ਉਹ ਖੇਡਦੇ ਰਹਿੰਦੇ ਨੇ ਕਾਨੂੰਨ ਦੇ ਹਿਸਾਬ ਨਾਲ, ਉਹ ਗੇਮ ਸਾਰੀ ਚਲਾਉਂਦੇ ਰਹਿੰਦੇ ਨੇ। ਉਹ ਕਾਨੂੰਨ ਸਾਡੇ ਉੱਤੇ ਐਵੇਂ ਲਾਗੂ ਹੁੰਦਾ ਜਿਵੇਂ ਪੱਥਰ ਸਿਰ ਤੇ ਡਿੱਗ ਪਿਆ ਹੋਵੇ, ਪਰ ਉਹਨਾਂ ਵਾਸਤੇ ਬੜਾ ਸੌਫਟ ਹੋ ਜਾਂਦਾ, ਬੜਾ ਲਚਕੀਲਾ ਹੋ ਜਾਂਦਾ, ਉਹਦੇ ਵਿੱਚੋਂ ਰਾਹ ਆਪਣੇ ਬਚਣ ਦਾ ਰਾਹ ਕੱਢ ਲੈਂਦੇ ਨੇ, ਦੂਜੇ ਨੂੰ ਫਸਾਉਣ ਦਾ ਰਾਹ ਕੱਢ ਲੈਂਦੇ ਨੇ, ਕਿਉਂਕਿ ਬਣਾਇਆ ਤਾਂ ਬੰਦਿਆਂ ਨੇ ਹੀ ਹੁੰਦਾ ਹੈ ਨਾ, ਔਰ ਉਹਨਾਂ ਨੇ ਉਹਨੂੰ ਬਣਾਉਣ ਲੱਗਿਆ ਉਹਦੇ ਚ ਇੰਨੀਆਂ ਕੁ ਪੋਸੀਬਿਲਟੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਨੇ, ਸਹੂਲਤਾਂ ਪੈਦਾ ਕੀਤੀਆਂ ਹੁੰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਮੁਸਕਰਾਏ ਇਸ ਕਰਕੇ ਵੀ ਕਾਜ਼ੀ ਬਹੁਤ ਆਪਣੇ ਵੱਲੋਂ ਤੇ ਬਹੁਤ ਹੀ ਸਿਆਣੀ ਗੱਲ ਨਾਲ ਭਰਮਾ ਰਿਹਾ। ਇਹ ਇੱਕ ਪਹਿਲਾ ਢੰਗ ਹੈ ਕਿ ਤੁਸੀਂ ਗੱਲਬਾਤ ਨਾਲ ਅਗਲੇ ਨੂੰ ਉਹਦੇ ਅਸੂਲ ਤੋਂ ਥੱਲੇ ਸੁੱਟ ਦਿਓ। ਦੂਸਰਾ ਢੰਗ ਹੈ ਉਸ ਨੂੰ ਲਾਲਚ ਦਿਓ, ਤੇ ਤੀਸਰਾ ਡਰ ਹੈ, ਤੇ ਇਸ ਤੋਂ ਅੱਗੇ ਮੌਤ ਹੈ। ਇਹ ਸਾਰਾ ਪ੍ਰੋਸੈਸ ਤੈਅ ਕਰਨ ਤੋਂ ਬਾਅਦ ਹੀ ਕੋਈ ਸ਼ਹੀਦ ਦੀ ਮੰਜ਼ਿਲ ਤੇ ਪਹੁੰਚਦਾ ਹੈ।
ਹੁਣ ਤਾਂ ਸਮਾਂ ਐਸਾ ਆ ਗਿਆ ਹਰ ਧੜਾ ਦੂਸਰੇ ਧੜੇ ਨਾਲ ਲੜਦਿਆਂ ਹੋਇਆਂ ਆਪਣੀ ਜਾਨ ਗਵਾ ਬੈਠੇ ਤੇ ਉਹਨੂੰ ਸ਼ਹੀਦ ਕਹਿ ਦਿੱਤਾ ਜਾਂਦਾ ਹੈ, ਹਾਲਾਂਕਿ ਮਰਨ ਵਾਲੇ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਕਿਸ ਵਾਸਤੇ ਲੜ ਰਿਹਾ, ਜਾਂ ਇੱਥੇ ਮੇਰੀ ਮੌਤ ਹੋ ਜਾਏਗੀ ਕਿ ਨਹੀਂ ਹੋਏਗੀ। ਅਚਨਚੇਤ ਹੀ ਘਟਨਾ ਬਾਬੂ, ਉਸ ਨੂੰ ਅਸੀਂ ਕਹਿ ਦਿੰਦੇ ਸ਼ਹੀਦ ਹੋ ਗਿਆ, ਹੁਣ ਤਾਂ ਪਤਾ ਵੀ ਨਹੀਂ ਸੀ, ਉਹ ਤਾਂ ਰੈਡੀ ਹੋ ਕੇ ਆਇਆ ਵੀ ਨਹੀਂ ਸੀ, ਨਾ ਹੀ ਉਹਨੂੰ ਪੂਰੇ ਮਸਲੇ ਦੀ ਗੰਭੀਰਤਾ ਦਾ ਗਿਆਨ ਸੀ, ਬਸ ਉਹ ਤਾਂ ਖਲੋਤਾ ਸੀ, ਅਚਾਨਕ ਕੋਈ ਦੁਰਘਟਨਾ ਵਾਪਰੀ ਤੇ ਉਹ ਚੱਲ ਵਸਿਆ, ਉਸ ਧੜੇ ਵਾਲਿਆਂ ਨੇ ਆਖਿਆ ਸਾਡਾ ਸ਼ਹੀਦ ਹੈ, ਇਹਨੇ ਸਾਡੇ ਲਈ ਜਾਨ ਦਿੱਤੀ ਹੈ। ਫਿਰ ਉਹਦੇ ਨਾਮ ਦੇ ਉੱਤੇ ਰਾਜਨੀਤੀ ਦੀ ਇੱਕ ਲੰਬੀ ਖੇਡ ਤੁਰ ਪੈਂਦੀ ਹੈ, ਕੁਝ ਲੋਕ ਉਹਦੇ ਵਿੱਚੋਂ ਕੁਝ ਨਾ ਕੁਝ ਆਪਣਾ ਸਵਾਰਥ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਸੰਸਾਰ ਵਿੱਚ ਸਵਾਰਥੀ ਤੇ ਚਲਾਕ ਬੰਦੇ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਤੁਹਾਨੂੰ ਆਮ ਹੀ ਮਿਲ ਜਾਣਗੇ, ਉਹ ਕਿਸੇ ਦੀ ਜ਼ਿੰਦਗੀ ਵਿੱਚ ਵੀ ਸਵਾਰਥ ਕੱਢਦੇ ਨੇ ਤੇ ਕਿਸੇ ਦੀ ਮੌਤ ਵਿੱਚੋਂ ਵੀ ਸਵਾਰਥ ਕੱਢਦੇ ਨੇ, ਤਾਂ ਕਿ ਉਹ ਲੋਕਾਂ ਦਾ ਧਿਆਨ ਉਸ ਪਾਸੇ, ਜਿਵੇਂ ਸਾਡੇ ਲੀਡਰ ਕਹਿੰਦੇ ਨਾ ਸਾਡੀ ਪੰਥਕ ਪਾਰਟੀ ਤਾਂ ਸ਼ਹੀਦਾਂ ਦੀ ਪਾਰਟੀ ਹੈ, ਇਹ ਤਾਂ ਕਿਧਰੇ ਨਹੀਂ ਮਿਲਦਾ ਵੀ ਉਹਨਾਂ ਸ਼ਹੀਦਾਂ ਨੇ ਇਸ ਸੋਚ ਨਾਲ ਸ਼ਹਾਦਤ ਦਿੱਤੀ ਹੋਵੇ ਵੀ ਚਲੋ ਇੱਕ ਪਰਿਵਾਰ ਸਾਰੇ ਪੰਥ ਨੂੰ ਚੂੰਡ ਚੂੰਡ ਕੇ ਲੁੱਟ ਲੁੱਟ ਕੇ ਖਾਂਦਾ ਰਹੇ, ਚਲੋ ਬਈ ਸ਼ਹਾਦਤ ਦਿਓ, ਸ਼ਹਾਦਤ ਦਿਓ ਤਾਂ ਕਿ ਇੱਕ ਬੰਦੇ ਨੂੰ ਹੱਕ ਮਿਲ ਜਾਏ, ਉਹ ਸਾਰੇ ਸਿੱਖਾਂ ਦੀ ਹੋਣੀ ਦਾ ਫੈਸਲਾ ਕੱਲਾ ਹੀ ਕਰ ਲਵੇ। ਸ਼ਹਾਦਤ ਦਿਓ ਵੀ ਸਮਾਇਕਾਂ ਪੀਣ ਵਾਲੇ, ਨਸ਼ੇ ਪੀਣ ਵਾਲੇ, ਬਦਖੋਈਆਂ ਤੇ ਬਦਨਾਮੀਆਂ ਖੱਟਣ ਵਾਲੇ ਲੋਕ ਜਿਹੜੇ ਹਨ ਉਹ ਧਰਮ ਦੇ ਬੇੜੇ ਚ ਸਵਾਰ ਹੋ ਕੇ ਸਵਾਰਥ ਦਾ ਚੱਪੂ ਮਾਰਦੇ ਰਹਿਣ। ਇਹਦਾ ਭਾਵ ਹੈ ਜਦੋਂ ਸਾਡੇ ਸਾਹਮਣੇ ਆ ਸ਼ਬਦ ਆ ਜਾਂਦਾ ਨਾ ਅਸੀਂ ਚੁੱਪ ਕਰ ਜਾਂਦੇ ਹਾਂ, ਕਿਉਂ? ਕਿਉਂਕਿ ਅਸੀਂ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ, ਸਾਡੀ ਜ਼ਬਾਨ ਬੰਦ ਹੋ ਜਾਂਦੀ ਹੈ। ਪਰ ਜਿਹੜਾ ਇਹ ਗੱਲ ਕਹਿਣ ਵਾਲਾ ਹੈ ਨਾ, ਕਿੰਨਾ ਚਲਾਕ ਤੇ ਕਿੰਨਾ ਸਵਾਰਥੀ ਹੈ, ਉਸ ਨੂੰ ਸਾਡੀ ਨਬਜ਼ ਟੋਣੀ ਆਉਂਦੀ ਹੈ ਕਿ ਧਰਮ ਦੇ ਨਾਂ ਤੇ ਚੁੱਪ ਕਰਾਏ ਜਾ ਸਕਦੇ ਨੇ, ਸ਼ਹੀਦਾਂ ਦੇ ਨਾਮ ਤੇ ਚੁੱਪ ਕਰਾਏ ਜਾ, ਇਹ ਚੁੱਪ ਹੋ ਜਾਣਗੇ ਸਾਡਾ ਕੰਮ ਚੱਲਦਾ ਰਹੇਗਾ। ਤੁਸੀਂ ਕਿਤੇ ਵੀ ਦੇਖੋ, ਹਰ ਇੱਕ ਸ਼ਹੀਦ ਦੇ ਵਾਰਸਾਂ ਦੇ ਵਿੱਚੋਂ ਕੁਝ ਐਸੇ ਲੋਕ ਵੀ ਉੱਠਦੇ ਹਨ, ਵੈਸੇ ਉਹਨਾਂ ਨੂੰ ਸਹੀ ਵਾਰਸ ਤੇ ਨਹੀਂ ਕਿਹਾ ਜਾ ਸਕਦਾ, ਪਰ ਉਹ ਉਹੋ ਜਿਹੇ ਬਣ ਕੇ ਵਿਖਾਉਂਦੇ ਨੇ ਵੀ ਅਸੀਂ ਵਾਰਸ ਹਾਂ। ਉਹ ਫਿਰ ਉਹਨਾਂ ਦੇ ਖੂਨ ਦਾ ਮੁੱਲ ਹੌਲੀ 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 ਵੱਟਦੇ ਰਹਿੰਦੇ ਨੇ, ਵੱਟਦੇ ਰਹਿੰਦੇ, ਸਦੀਆਂ ਤੱਕ ਵੱਟਦੇ ਨੇ। ਉਹਨਾਂ ਨੂੰ ਇਹ ਵੀ ਚੇਤਾ ਭੁੱਲ ਜਾਂਦਾ ਵੀ ਜਿਸ ਨੇ ਆਪਣਾ ਸਾਰਾ ਕੁਝ ਕੁਰਬਾਨ ਕੀਤਾ, ਉਹਦਾ ਮਕਸਦ, ਉਹਦੀ ਸੋਚ, ਉਹਦੀ ਮੰਜ਼ਿਲ ਕੀ ਸੀ, ਉਹ ਤਾਂ ਉਹਨਾਂ ਨੂੰ ਤਾਂ ਬਸ ਇੱਕੋ ਮਤਲਬ ਹੁੰਦਾ, ਉਹਦੀ ਮੌਤ ਵਿੱਚੋਂ, ਉਹਦੀ ਸ਼ਹਾਦਤ ਵਿੱਚੋਂ ਆਪਣਾ ਸਵਾਰਥ ਕਿਵੇਂ ਪੂਰਾ ਕਰਨਾ ਹੈ। ਉਹਨਾਂ ਨੂੰ ਨਾ ਤਾਂ ਉਹਦੀ ਸੋਚ ਨਾਲ ਮਤਲਬ ਹੁੰਦਾ, ਨਾ ਉਹਨਾਂ ਦੀ ਸ਼ਹਾਦਤ ਨਾਲ ਮਤਲਬ ਹੁੰਦਾ। ਖੈਰ, ਜੋ ਮੈਂ ਬੇਨਤੀ ਕਰ ਰਿਹਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਕਰਾਏ ਇਸ ਕਰਕੇ ਵੀ ਤਾਕਤਵਰ ਔਰ ਸੱਤਾਧਾਰੀ ਜਿਹੜੀ ਧਿਰ ਹੈ, ਜਿਸ ਨੇ ਜ਼ੁਲਮ ਕਰਨਾ ਹੈ, ਉਹ ਵੇਖੋ ਆਪਣਾ ਦੂਸਰੇ ਨੂੰ ਅਸੂਲ ਤੋਂ ਸੁੱਟਣ ਵਾਸਤੇ ਕਿਵੇਂ ਮਿੱਠੀਆਂ ਤੇ ਫਿਲੋਸਫੀ ਦੀਆਂ ਗੱਲਾਂ ਕਰਦੀ ਹੈ। ਵੇਖਣ ਨੂੰ ਤਾਂ ਬੜੀ ਸਿਆਣੀ ਗੱਲ ਕਹੀ ਕਾਜ਼ੀ ਨੇ, ਪਰ ਇਸ ਗੱਲ ਦੇ ਪਿੱਛੇ ਰਾਜ਼ ਇਹ ਹੈ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਹਿਸੂਸ ਕਰਾਓ ਵੀ ਜੀਵਨ ਬੜਾ ਕੀਮਤੀ ਹੈ, ਇਹਨਾਂ ਨੂੰ ਦੱਸੋ, ਤੇ ਫਿਰ ਇਹ ਮਹਿਸੂਸ ਕਰਾ ਕੇ ਇੱਕ ਤਰ੍ਹਾਂ ਦਾ ਗੁੱਝਾ ਜਿਹਾ ਵਾਸਤਾ ਪਾ ਦਿਓ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਜੀਵਨ ਬੜਾ ਕੀਮਤੀ ਹੈ, ਤੁਹਾਡੀ ਭਲਾਈ ਇਹਦੇ ਚ, ਤੁਸੀਂ ਸਾਡੇ ਝੂਠ ਦੀ ਹਾਮੀ ਭਰ ਦਿਓ, ਸਾਡੇ ਝੂਠ ਦੀ ਹਾਮੀ ਭਰ ਦਿਓ, ਮਤਲਬ ਤਾਂ ਇਹੀ ਨਿਕਲਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਉੱਤਰ ਦਿੱਤਾ, ਕਾਜ਼ੀ ਸਾਹਿਬ ਤੁਸੀਂ ਆਪਣਾ ਧਰਮ ਗ੍ਰੰਥ ਵੀ ਪੜ੍ਹਿਆ,
ਪਾਕ ਕੁਰਾਨ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਿਆ ਹੈ। ਇਹ ਤਾਂ ਤੁਹਾਡੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਵੀ ਕੁਰਾਨ ਵਿੱਚ ਕੀ ਲਿਖਿਆ ਤੁਸੀਂ ਜਾਣਦੇ ਨਹੀਂ। ਸਧਾਰਨ ਬੰਦੇ ਬਾਰੇ ਇਹ ਗੱਲ ਕਹੀ ਜਾ ਸਕਦੀ? ਤੁਹਾਡੇ ਬਤੂਸ ਦਾ ਸ਼ਾਹੀ ਕਾਜ਼ੀ ਹੋ, ਬਹੁਤ ਵੱਡਾ ਉੱਚਾ ਸਰਕਾਰੀ ਤੁਹਾਨੂੰ ਰੁਤਬਾ ਪ੍ਰਾਪਤ ਹੈ, ਧਰਮ ਦੀ ਬਹੁਤ ਉੱਚੀ ਪਦਵੀ ਪ੍ਰਾਪਤ ਹੈ। ਦੂਸਰੀ ਗੱਲ, ਖੁਸ਼ੀ ਹੋਈ ਸੁਣ ਕੇ ਵੀ ਤੁਸੀਂ ਸਾਡੇ ਮਜ਼ਹਬ ਬਾਰੇ ਵੀ ਜਾਣਦੇ ਹੋ, ਪਰ ਤੁਹਾਨੂੰ ਇਹ ਗੱਲ ਪਤਾ ਹੈ ਵੀ ਸਾਡਾ ਮਜ਼ਹਬ ਜੀਵਨ ਨੂੰ ਬੜਾ ਕੀਮਤੀ ਕਹਿੰਦਾ ਹੈ। ਪਰ ਕਾਜ਼ੀ ਸਾਹਿਬ, ਇਸ ਕੀਮਤੀ ਜੀਵਨ ਦੀ ਕੀਮਤ ਅਦਾ ਕਰਨ ਵਾਸਤੇ ਵੀ, ਕੀਮਤ ਬਣਾਈ ਰੱਖਣ ਵਾਸਤੇ ਵੀ ਕਈ ਵਾਰ ਮੌਤ ਨੂੰ ਗਲ ਲਾਉਣਾ ਪੈਂਦਾ। ਕਾਜ਼ੀ ਸਾਹਿਬ, ਤੁਸੀਂ ਕਦੇ ਵੇਖਿਆ ਜਿਹੜੇ ਹੀਰੇ ਨੇ ਉਹ ਪੱਥਰਾਂ ਵਿੱਚੋਂ ਨਿਕਲਦੇ ਨੇ, ਪੱਥਰਾਂ ਦੀਆਂ ਕੋਲੇ ਦੀਆਂ ਖਾਨਾਂ ਦੇ ਵਿੱਚ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਇੱਕ ਧਾਤੂ ਜਿਹੜੀ ਹੈ ਉਹ ਇੰਨੇ ਪ੍ਰੈਸ਼ਰ ਵਿੱਚ ਰਹਿੰਦੀ ਹੈ, ਸਦੀਆਂ ਬਾਅਦ ਜਾ ਕੇ ਇੱਕ ਹੀਰਾ ਜ਼ਮੀਨ ਵਿੱਚ ਬਣਦਾ ਪੈਦਾ ਹੁੰਦਾ ਹੈ ਤੇ ਫਿਰ ਉਹ ਨਿਕਲਦਾ ਵੀ ਕੋਲੇ ਤੇ ਪੱਥਰਾਂ ਦੀਆਂ ਖਾਨਾਂ ਦੇ ਵਿੱਚੋਂ ਹੈ। ਪਰ ਜਦੋਂ ਉਹ ਕੱਢਿਆ ਜਾਂਦਾ ਬੜਾ ਬੇਢੰਗਾ ਹੁੰਦਾ। ਉਸ ਬੇਢੰਗੇ ਪੱਥਰ ਨੂੰ ਫਿਰ ਤਰਾਸ਼ ਤਰਾਸ਼ ਕੇ ਉਸ ਵਿੱਚੋਂ ਉਹਦੇ ਹਕੀਕ ਛਾਣ ਛਾਣ ਕੇ ਕੱਢ ਕੱਢ ਕੇ ਬੜੀ ਲੰਮੀ ਮਿਹਨਤ ਤੋਂ ਬਾਅਦ ਇੱਕ ਜੌਹਰੀ ਉਸ ਹੀਰੇ ਨੂੰ ਕੱਢਦਾ ਤੇ ਤਰਾਸ਼ਦਾ ਤੇ ਸੋਹਣਾ ਬਣਾਉਂਦਾ ਵੀ ਉਹ ਕਿਸੇ ਬਾਦਸ਼ਾਹ ਦੇ ਤਾਜ ਵਿੱਚ ਸਜਿਆ ਰਹਿ ਸਕੇ। ਕਿੰਨੀ ਲੰਮੀ ਘਾਲਣਾ ਚੋਂ ਨਿਕਲਿਆ, ਹਜ਼ਾਰਾਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਫਿਰ ਉਹਨੂੰ ਪਾਇਆ ਕਿੱਥੋਂ ਗਿਆ, ਜਾਂ ਕੋਲੇ ਦੀਆਂ ਖਾਨਾਂ ਚੋਂ ਜਾਂ ਪੱਥਰਾਂ ਦੀਆਂ ਖਾਨਾਂ ਦੇ ਵਿੱਚੋਂ ਕੱਢਿਆ ਗਿਆ। ਤੇ ਜਦੋਂ ਕੱਢਿਆ ਉਦੋਂ ਵੀ ਉਹਦਾ ਰੂਪ ਇਹੋ ਜਿਹਾ ਨਹੀਂ ਸੀ, ਫਿਰ ਉਹਨੂੰ ਬੜੀ ਮਿਹਨਤ ਨਾਲ ਤਰਾਸ਼ਿਆ, ਕੱਟਿਆ, ਵੱਢਿਆ ਗਿਆ ਤੇ ਫਿਰ ਕਿਤੇ ਜਾ ਕੇ ਉਹਨੂੰ ਆਹ ਰੂਪ ਜਿਹੜਾ ਸਾਡੇ ਸ਼ਿੰਗਾਰ ਦਾ ਹੈ ਇਹ ਮਿਲਿਆ। ਉਹ ਵਿਕ ਰਿਹਾ ਹੈ, ਉਹ ਵਿਕ ਰਿਹਾ, ਉਹਦੀ ਕੀਮਤ ਪੈ ਰਹੀ, ਲੋਕ ਉਹਨੂੰ ਵੇਖ ਰਹੇ ਨੇ, ਸ਼ਿੰਗਾਰ ਕਰ ਰਹੇ ਨੇ। ਕਾਜ਼ੀ ਸਾਹਿਬ, ਜੀਵਨ ਦੀ ਕੀਮਤ ਬਹੁਤ ਹੈ, ਪਰ ਤੁਹਾਡੇ ਵਰਗੇ ਲੋਕਾਂ ਨੇ ਇਸ ਜੀਵਨ ਦੀ ਕੀਮਤ ਨੂੰ ਮਿੱਟੀ ਵਿੱਚ ਰੋਲ ਦਿੱਤਾ, ਇਸ ਕਰਕੇ ਸਾਨੂੰ ਰਿਸਕ ਲੈ ਕੇ ਮੌਤ ਗਲੇ ਲਾ ਕੇ ਇਸ ਜੀਵਨ ਦੀ ਕੀਮਤ ਸਮਝਾਉਣੀ ਪੈਂਦੀ। ਔਰ ਦੂਸਰੀ ਗੱਲ, ਜੇ ਮੈਂ ਕੱਲਾ ਆਪਣੇ ਇਸ ਸਰੀਰ ਦੀ ਕੀਮਤ ਸਮਝਦਾ ਰਵਾਂ ਤਾਂ ਤੁਹਾਡੇ ਫੈਸਲੇ ਦੇ ਵਿੱਚ ਹਾਂ ਚ ਹਾਂ ਮਿਲਾ ਦਿਆਂ, ਮੈਂ ਜਾਣਦਾ ਹਾਂ ਹੋਰ ਬੜੇ ਦੁਰਲੱਭ ਜੀਵਨ ਤੁਸੀਂ ਮਿੱਟੀ ਚ ਮਿਲਾ ਦਿਓਗੇ। ਜਦੋਂ ਸੋਚ ਹੀ ਨਾ ਰਵੇ ਮਨੁੱਖਤਾ ਦੇ ਕੋਲ ਤਾਂ ਜੀਵਨ ਦੀ ਕੀਮਤ ਵੀ ਨਹੀਂ ਰਹਿੰਦੀ। ਕੱਲੇ ਸਾਹ ਆਉਣਾ ਹੀ ਜ਼ਿੰਦਗੀ ਨਹੀਂ, ਜੇ ਇਸ ਜੀਵਨ ਦੇ ਕੋਲ ਹੱਕ ਨਹੀਂ, ਜੇ ਇਸ ਦੇ ਕੋਲ ਅਧਿਕਾਰ ਨਹੀਂ, ਜਿਸ ਕੋਲ ਆਜ਼ਾਦੀ ਨਹੀਂ, ਜੇ ਇਸ ਕੋਲ ਜੀਵਨ ਜਿਉਣ ਦੀ ਹਸਰਤ ਹੀ ਇਹਦੀ ਮਰ ਜਾਏ ਤੇ ਇਹਨੂੰ ਕੋਈ ਤਾਕਤਵਰ ਪਸ਼ੂਆਂ ਤੋਂ ਵੀ ਬੱਤਰ ਬਣਾ ਦੇਵੇ, ਫਿਰ ਬੰਦਾ ਜੀਵਨ ਨਹੀਂ ਫਿਰ ਮੌਤ ਮੰਗਦਾ, ਮੌਤ ਦੇ ਦਿਓ। ਜਿਸ ਬੰਦੇ ਨੂੰ ਜ਼ਾਲਮ ਲੋਕਾਂ ਨੇ ਭੁੱਖੇ ਰੱਖਿਆ ਨਾ, ਤੇ ਰੋਜ਼ ਹੀ ਉਸ ਦੀ ਕੁੱਟਮਾਰ ਵੀ ਹੁੰਦੀ, ਹੱਡੀਆਂ ਤੋੜ ਦਿੱਤੀਆਂ ਜਾਂਦੀਆਂ, ਉਹ ਇੱਕੋ ਹੀ ਕਹਿੰਦਾ ਕਾਸ਼ ਮੈਨੂੰ ਮੌਤ ਆ ਜਾਏ ਇਸ ਘੜੀ ਵਿੱਚ। ਇਹੋ ਜਿਹੀ ਜ਼ਿੰਦਗੀ ਦੇ ਵਿੱਚ ਬੰਦਾ ਮੌਤ ਹੀ ਮੰਗਦਾ ਹੈ, ਕਿਉਂਕਿ ਉਹ ਜੀਵਨ ਨਹੀਂ ਉਹ ਸਜ਼ਾ ਬਣ ਗਏ। ਤੁਸੀਂ ਮਨੁੱਖ ਦੇ ਜੀਵਨ ਨੂੰ ਸਜ਼ਾ ਬਣਾਉਣ ਤੇ ਤੁਲੇ ਹੋਏ ਹੋ, ਬਸ ਸਾਨੂੰ ਉਹਨਾਂ ਜ਼ਿੰਦਗੀਆਂ ਦੀ ਕੀਮਤ ਕਾਇਮ ਰੱਖਣ ਵਾਸਤੇ ਆਪਣਾ ਆਪ ਕੁਰਬਾਨ ਕਰਨਾ ਪੈ ਰਿਹਾ। ਇਹ ਲੋੜੀਂਦਾ ਹੈ, ਜ਼ਰੂਰੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਮੈਂ ਬਿਹਤਰ ਜਾਣਦਾ ਹਾਂ, ਮੈਂ ਜੀਵਨ ਦੀ ਕੀਮਤ ਦਾ ਪ੍ਰਚਾਰ ਕੀਤਾ ਸਾਰਾ ਜੀਵਨ, ਪਰ ਨਾਲ ਲੋਕਾਈ ਨੂੰ ਇਹ ਵੀ ਗੱਲ ਸਮਝਾਈ ਹੈ, ਯਾਦ ਰੱਖਣਾ ਇਸ ਜੀਵਨ ਦਾ ਅੰਤ ਹੋਏਗਾ ਇੱਕ ਸੱਚਾਈ ਹੈ, ਇੱਕ ਸੱਚਾਈ ਹੈ, ਜਿਸ ਬਾਬਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਆਪਾਂ ਸਾਰੇ ਬਚਨ ਪੜ੍ਹਦੇ ਹਾਂ। ਬੀਤ ਜਹਿ ਜਨਮ ਅਕਾਜ ਰੇ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਰੇ, ਕਾਹੇ ਪਰ ਕਰਤ ਮਾਨ।
ਸੁਪਨੇ ਜੋ ਧਨ ਪਛਾਣ। ਵੀ ਇਹ ਸੰਸਾਰ ਇੱਕ ਸੁਪਨਾ, ਕਹਿੰਦੇ ਜਿੱਥੇ ਮੈਂ ਜੀਵਨ ਦੀ ਕੀਮਤ ਸਜਾਈ ਹੈ ਸਮਝਾਈ, ਉੱਥੇ ਜੀਵਨ ਦਾ ਅਸਲ ਸੱਚ ਵੀ ਮੈਂ ਲੋਕਾਂ ਸਾਹਮਣੇ ਰੱਖਿਆ। ਵੇਖਣਾ ਕਿਤੇ ਇੰਨਾ ਵੀ ਨਾ ਗਵਾਚ ਜਾਣਾ ਵੀ ਤੁਰਦਿਆਂ ਵੇਲੇ ਤਕਲੀਫ ਮਹਿਸੂਸ ਹੋਵੇ। ਤਿਆਰ ਰਹਿਣਾ, ਤਿਆਰ ਰਹਿਣਾ ਇਸ ਚੀਜ਼ ਲਈ, ਇਹ ਵਾਪਰੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਰ ਬਾਰ ਇਹ ਵਿਚਾਰ ਦ੍ਰਿੜ ਕਰਾਉਂਦੇ ਨੇ, ਤੇ ਇਹਨਾਂ ਦਾ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਦੀ ਬਾਣੀ ਦੇ ਰਾਹੀਂ ਸਾਨੂੰ ਡਰਾਇਆ ਜਾ ਰਿਹਾ ਮੌਤ ਤੋਂ, ਕਿਉਂਕਿ ਇਹ ਤਾਂ ਸੱਚ ਹੈ ਨਾ। ਇਸ ਸੱਚ ਨੂੰ ਜਿੱਡੀ ਛੇਤੀ ਮਨੁੱਖ ਇਹ ਸਾਹਮਣੇ ਰੱਖੇ ਵੀ ਮੈਂ ਮਰਨਾ, ਅੰਤ ਤਉ ਮਰਨਾ। ਬਾਣੀ ਦੇ ਵਿੱਚ ਇੱਕ ਬਚਨ ਕਿਹਾ, ਕਹਿੰਦੇ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ। ਕਹਿੰਦੇ ਨੇ ਸਰੀਰ ਦਾ ਤੇ ਅੰਦਰ ਦੀ ਚੇਤਨਾ ਜਿਹਨੂੰ ਜੋਤ ਆਤਮਾ ਜੋ ਮਰਜ਼ੀ ਕਹਿ ਲਓ, ਉਹਦਾ ਵਿਛੋੜਾ ਪੈਂਦਾ, ਸਾਰਾ ਕੁਝ ਖਤਮ ਹੋ ਜਾਂਦਾ। ਕਹਿੰਦੇ ਸਵਾਲ ਅਸਲ ਚ ਹੈ ਵੀ ਜਦੋਂ ਸਾਰੀ ਖੇਡ ਏਡੀ ਕਹਿ, ਫਿਰ ਇਸ ਨੂੰ ਕੂੜ ਬੋਲ ਕੇ ਖਵਾਲੀਏ। ਬੰਦਿਆ ਲੋਕਾਂ ਦਾ ਖੋਹ ਕੇ ਇਹਨੂੰ ਕਿਉਂ ਪਾਲਦਾ, ਮਰਨਾ ਤੇ ਤੂੰ ਵੀ ਹੈ। ਚੋਰੀ ਕਰਕੇ ਇਹਨੂੰ ਕਿਉਂ ਪਾਲਦਾ, ਮਰਨਾ ਤੇ ਤੂੰ ਵੀ ਹੈ। ਜਾਂ ਤਾਂ ਹੋਵੇ ਨਾ ਵੀ ਤੂੰ ਜੇ ਬਹੁਤ ਕੁਝ ਚੋਰੀ ਬੇਈਮਾਨੀ ਧੱਕਾ ਜ਼ੁਲਮ ਕਰਕੇ ਤੂੰ ਸਭ ਕੁਝ ਹੱਸ, ਫਿਰ ਤੂੰ ਜਿਉਂਦਾ ਰਹੇਗਾ, ਮਰਨਾ ਹਸ਼ਰ ਤਾਂ ਤੇਰਾ ਫਿਰ ਵੀ ਉਹੀ ਹੈ। ਫਿਰ ਕਿਉਂ ਨਾ ਤੂੰ ਆਪਣੀ ਲਿਮਿਟ ਵਿੱਚ ਹੱਦ ਵਿੱਚ ਰਹਿ ਕੇ ਜੀਵਨ ਜੀ, ਤਾਂ ਕਿ ਤੇਰਾ ਜੀਵਨ ਕਿਸੇ ਲਈ ਦੁੱਖਦਾਈ ਨਾ ਬਣ ਜਾਏ। ਮਰਨਾ ਤੇ ਤੂੰ ਹੈ ਹੀ, ਮਰਨਾ ਤੇ ਤੂੰ ਹੈ ਹੀ, ਪਰ ਕੇਵਲ ਹੋਛੇ ਜਿਹੇ ਸੁੱਖਾਂ ਦੀ ਖਾਤਰ ਤੂੰ ਸਾਰੀ ਜ਼ਿੰਦਗੀ ਪਾਪ ਕਰਦੈ, ਬੇਈਮਾਨੀ ਕਰਦੈ, ਧੱਕਾ ਕਰਦੈ, ਈਰਖਾ ਨਫ਼ਰਤ ਦੇ ਸਾਰੇ ਪਾਸੇ ਜ਼ਹਿਰ ਫੈਲਾਉਣਾ, ਤੇ ਮਰ ਤੂੰ ਫਿਰ ਵੀ ਜਾਣਾ। ਜਦੋਂ ਖੇਡ ਹੀ ਇੰਨੀ ਕਹਿ, ਫਿਰ ਇਹਨੂੰ ਤੂੰ ਸੋਹਣੇ ਢੰਗ ਨਾਲ ਕਿਉਂ ਨਹੀਂ ਜੀ ਲੈਂਦਾ, ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ। ਗੱਲ ਤੇ ਗੁਰੂ ਪਾਤਸ਼ਾਹ ਸਮਝਾਉਣੀ ਚਾਹੁੰਦੇ ਨੇ, ਇਹ ਨੁਕਤਾ ਸਮਝਾਉਣਾ ਚਾਹੁੰਦੇ ਨੇ ਵੀ ਵੇਖੋ ਉਹਨਾਂ ਵੱਲ ਵੇਖੋ ਜਿਨ੍ਹਾਂ ਨੇ ਬੜੇ ਜ਼ੁਲਮ। ਔਰੰਗਜ਼ੇਬ ਦੇ ਬਾਬਤ ਮੈਂ ਇਹ ਪੜਿਆ ਹੈ ਇਤਿਹਾਸ ਵਿੱਚ ਵੀ ਉਸਨੇ ਆਪਣੇ ਆਖਰੀ ਸਮੇਂ ਦੌਰਾਨ ਜਦੋਂ ਮਾਨਸਿਕ ਤੌਰ ਤੇ ਅਪਸੈਟ ਹੋ ਗਿਆ ਪੂਰੀ ਤਰ੍ਹਾਂ ਨਾਲ, ਤਾਂ ਉਸਨੇ ਆਪਣੇ ਸ਼ਹਿਜ਼ਾਦੇ ਮੁਅੱਜਮ ਬਹਾਦਰ ਸ਼ਾਹ ਨੂੰ ਚਿੱਠੀ ਲਿਖੀ। ਉਸ ਚਿੱਠੀ ਵਿੱਚ ਉਹ ਲਿਖਦਾ ਹੈ, ਮੇਰੀ ਤਮੰਨਾ ਹੈ ਵੀ ਜਿਸ ਜਗ੍ਹਾ ਤੇ ਮੈਨੂੰ ਦਫਨਾਇਆ ਜਾਏ, ਮੇਰੀ ਕਬਰ ਦੇ ਨਜ਼ਦੀਕ ਕੋਈ ਰੁੱਖ ਨਹੀਂ ਦਰਖਤ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਮੈਂ ਇੰਨੇ ਕੁ ਗੁਨਾਹ ਕੀਤੇ ਨੇ, ਮੇਰੀ ਕਬਰ ਇਹ ਹੱਕ ਨਹੀਂ ਰੱਖਦੀ ਵੀ ਉਹ ਕਿਸੇ ਦਰਖਤ ਦੀ ਛਾਂ ਮਾਣ ਸਕੇ। ਜਾਨੀ ਕਿ ਆਪਣੀ ਉਹ ਜੋ ਮਹਿਸੂਸ ਕਰਦਾ ਉਹਨੂੰ ਲਿਖਦਾ। ਫਿਰ ਉਹ ਕਹਿੰਦਾ, ਜਦੋਂ ਮੈਂ ਸੰਸਾਰ ਵਿੱਚ ਆਇਆ ਸਾਂ ਦੂਸਰੇ ਬੰਦਿਆਂ ਦੀ ਤਰ੍ਹਾਂ ਖਾਲੀ ਹੱਥ ਸਾਂ, ਪਰ ਮੈਨੂੰ ਇਸ ਵੇਲੇ ਬੜੀ ਨਮੋਸ਼ੀ ਹੈ ਵੀ ਮੈਂ ਜਾ ਰਿਹਾ ਹਾਂ ਪਾਪਾਂ ਦਾ ਭਾਰੀ ਬੋਝ ਚੁੱਕ ਕੇ ਦੁਨੀਆਂ ਤੋਂ ਜਾ ਰਿਹਾ, ਮੈਂ ਸੁਰਖਰੂ ਨਹੀਂ ਹਾਂ। ਇਹ ਕਮਾਈ ਹੈ, ਇਹ ਨਿਚੋੜ ਹੈ ਸਾਰੀ ਜ਼ਿੰਦਗੀ ਦੇ ਜ਼ੁਲਮ ਦਾ, ਪਾਪ ਦਾ, ਅਤਿਆਚਾਰ ਦਾ, ਬੇਈਮਾਨੀ ਦਾ, ਦੂਸਰਿਆਂ ਦੇ ਆਪਣੇ ਭਰਾਵਾਂ ਔਰ ਪਰਿਵਾਰ ਦੇ ਖੂਨ ਨਾਲ ਹੱਥ ਰੰਗਣ ਦਾ, ਆਹ ਨਿਚੋੜ ਹੈ ਵੀ ਮੈਂ ਸੈਟਿਸਫਾਈ ਨਹੀਂ ਹਾਂ, ਮੈਂ ਸੰਤੁਸ਼ਟ ਨਹੀਂ ਹਾਂ, ਮੇਰੀ ਲਾਈਫ ਮੇਰਾ ਜੀਵਨ ਅਜਾਈ ਚਲਿਆ ਗਿਆ, ਕੱਖ ਨਹੀਂ ਖੱਟਿਆ ਮੈਂ, ਇਹ ਨਿਚੋੜ ਹੈ। ਯਾਨੀ ਕਿ ਕੀ ਰਿਜ਼ਲਟ ਨਿਕਲਿਆ ਇਸ ਜੀਵਨ ਦਾ? ਹਾਰਿਆ ਹੋਇਆ, ਕਮਜ਼ੋਰ, ਬੇਵਕੂਫੀਆਂ ਦੇ ਨਾਲ ਜੀਵਿਆ ਹੋਇਆ ਜੀਵਨ, ਇਹ ਰਿਜ਼ਲਟ ਹੈ। ਹੁਣ ਇੱਕ ਜੀਵਨ ਦੀ ਤੁਸੀਂ ਦਾਸਤਾਨ ਪੜ੍ਹੋ, ਭਗਤ ਪੂਰਨ ਸਿੰਘ ਜੀ ਬਾਬਤ ਮੈਂ ਪੜ੍ਹਿਆ, ਜਿਨ੍ਹਾਂ ਨੇ ਪਿੰਗਲਵਾੜਾ ਸੰਸਥਾ ਪੈਦਾ ਕੀਤੀ ਔਰ ਉਸਨੂੰ ਚਲਾਇਆ, ਉਹਨਾਂ ਦੀ ਸੇਵਾ ਦੇ ਬਾਬਤ ਜਿਸ ਵੇਲੇ ਤੁਸੀਂ ਪੜੋਗੇ ਹੈਰਾਨ ਰਹਿ ਜਾਓਗੇ। ਕਿਸੇ ਵਾਸਤੇ ਕੋਈ ਇੰਨਾ ਵੀ ਕਰ ਸਕਦਾ?
ਸੇਵਾ ਦਾ ਕਨਸੈਪਟ ਕੀ ਹੈ ਸਿੱਖੀ ਦੇ ਵਿੱਚ, ਕਿ ਉਹਨਾਂ ਤੋਂ ਜਾਣਿਆ ਅਸੀਂ ਤਾਂ ਪੱਥਰ ਲਾਉਣ ਨੂੰ ਹੀ ਸੇਵਾ ਸਮਝਦੇ ਹਾਂ, ਜ਼ਿੰਦਗੀਆਂ ਬਚਾਉਣ ਨੂੰ ਸੇਵਾ ਨਹੀਂ ਸਮਝਿਆ ਸੀ ਅਜੇ, ਕੌਮੀ ਪੱਧਰ ਉੱਤੇ ਤਾਂ ਬਿਲਕੁਲ ਨਹੀਂ ਖਿਮਾ ਕਰਨਾ ਸਮਝਿਆ। ਸੇਵਾ ਦਾ ਗੁਰਮਤ ਵਿੱਚ ਕੀ ਸਥਾਨ ਹੈ, ਜੇ ਅਸੀਂ ਅੱਜ ਸਿੱਖਣਾ ਹੋਵੇ ਤੇ ਸਾਡੇ ਮੌਜੂਦਾ ਸਮੇਂ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਸਰੀਰਕ ਤੌਰ ਤੇ ਵਿਛੋੜਾ ਦੇ ਚੁੱਕੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਦੀਆਂ ਗੱਲਾਂ ਜ਼ਰੂਰ ਪੜ੍ਹੀਏ, ਜ਼ਰੂਰ। ਉਹ ਸਾਡਾ ਰੋਲ ਮਾਡਲ ਹੈ। ਭਾਵੇਂ ਕਿਸੇ ਕਹਿੰਦੇ ਨੇ ਵੀ ਦੋ ਚੰਗੇ ਕੰਮ ਕਰਨ ਵਾਲੇ ਬੰਦਿਆਂ ਦੀ ਕਦੇ ਆਪਸ ਵਿੱਚ ਤੁਲਨਾ ਨਹੀਂ ਕਰਨੀ ਚਾਹੀਦੀ, ਇਹ ਚੰਗੀ ਗੱਲ ਨਹੀਂ। ਪਰ ਮਦਰ ਟਰੇਸਾ ਬਾਰੇ ਪੜ੍ਹਨ ਵਾਸਤੇ ਮਿਲਦਾ ਹੈ, ਕਈ ਈਸਾਈ ਮੁਲਕਾਂ ਦੀਆਂ ਈਸਾਈ ਸੰਸਥਾਵਾਂ ਤੇ ਚਰਚ ਉਹਦੀ ਪਿੱਠ ਉੱਤੇ ਖਲੋਤੇ ਸਨ ਵੀ ਤੂੰ ਜਿਨ੍ਹਾਂ ਲੋਕਾਂ ਵਿੱਚ ਪ੍ਰਚਾਰ ਕਰ ਰਹੀ ਹੈ ਅਸੀਂ ਤੈਨੂੰ ਬੇਸ਼ੁਮਾਰ ਪੈਸਾ ਦੇਣ ਵਾਸਤੇ ਤਿਆਰ ਹਾਂ। ਯੂਰਪ ਦੀਆਂ, ਨੌਰਥ ਅਮਰੀਕਾ ਦੀਆਂ, ਅਮਰੀਕਾ ਦੀਆਂ ਕਈ ਕ੍ਰਿਸਚਨ ਆਰਗੇਨਾਈਜੇਸ਼ਨਸ ਉਸ ਔਰਤ ਦੇ ਪਿੱਛੇ ਖੜੀਆਂ ਸਨ, ਅਸੀਂ ਪੈਸਾ ਪਾਣੀ ਵਾਂਗ ਵਹਾ ਦਿਆਂਗੇ, ਬਸ ਤੂੰ ਸਾਨੂੰ ਦੱਸਣਾ ਹੈ। ਤੁਸੀਂ ਭਗਤ ਪੂਰਨ ਸਿੰਘ ਦਾ ਜੀਵਨ ਪੜੋ, ਇੱਕ ਪਿੰਗਲੇ ਨੂੰ ਜਿਸ ਦਾ ਸਰੀਰ ਕੰਮ ਹੀ ਨਹੀਂ ਕਰਦਾ ਉਹਨੂੰ ਚੁੱਕ ਕੇ ਹੀ ਬਿਠਾਉਣਾ ਪੈਂਦਾ, ਚੁੱਕ ਕੇ ਹੀ ਉਸ ਨੂੰ ਰੱਖਣਾ ਪੈਂਦਾ। ਬੱਚਾ ਹੈ ਉਹਦੀ ਸਰੀਰਕ ਉਮਰ ਵੱਧ ਰਹੀ ਹੈ ਪਰ ਮੈਂਟਲੀ ਬੱਚਾ ਹੈ। ਉਸ ਵਾਸਤੇ ਬ੍ਰੈਡ ਮੰਗਣਾ ਪੈ ਰਿਹਾ ਇੱਕ ਦੁਕਾਨਦਾਰ ਕੋਲੋਂ ਵੀ ਇੱਕ ਬ੍ਰੈਡ ਚਾਹੀਦਾ, ਇਸ ਨੂੰ ਭੁੱਖ ਲੱਗੀ ਹੈ। ਉਸ ਵਾਸਤੇ ਦੁੱਧ ਮੰਗਣਾ ਪੈ ਰਿਹਾ ਵੀ ਦੁੱਧ ਚਾਹੀਦਾ, ਇਸ ਨੂੰ ਪਿਆਉਣਾ ਹੈ। ਮਿੰਨਤ ਕਰਨੀ ਪੈ ਰਹੀ ਹੈ ਵੀ ਮੈਂ ਇੰਨੇ ਸਾਰੇ ਮੇਰੇ ਕੋਲ ਐਸੇ ਲੋਕ ਨੇ ਜਿਹੜੇ ਅਪਾਹਜ ਨੇ, ਇਨ੍ਹਾਂ ਨੂੰ ਰੱਖਣਾ ਹੈ, ਬਾਰਿਸ਼ ਹੋ ਰਹੀ ਹੈ, ਕਿਰਪਾ ਕਰਕੇ 2 ਦਿਨ ਇਸ ਜਗ੍ਹਾ ਤੇ ਸਾਨੂੰ ਰਹਿਣ ਦੀ ਆਗਿਆ ਦੇ ਦਿਓ। ਯਾਨੀ ਕਿ ਇਕੱਲਾ ਬੰਦਾ ਖੜਾ ਹੈ, ਕੋਈ ਸਾਧਨ ਨਹੀਂ, ਕੋਈ ਸਹੂਲਤ ਨਹੀਂ, ਕੋਈ ਬਹੁ ਗਿਣਤੀ ਉਹਦੇ ਪਿੱਛੇ ਨਹੀਂ, ਰਾਜ ਭਾਗ ਦੀ ਤਾਂ ਗੱਲ ਹੀ ਛੱਡ ਦਿਓ। ਉਹ ਲਿਖਦੇ ਨੇ ਉਹਨਾਂ ਦੇ ਜੀਵਨ ਦੀ ਇਹ ਘਟਨਾ ਪੜ੍ਹਨ ਵਾਸਤੇ, ਸੁਣਨ ਵਾਸਤੇ ਮਿਲੀ ਕਿ ਜਦੋਂ ਬਜ਼ੁਰਗ ਹੋ ਗਏ, ਜ਼ਿਆਦਾ ਬਿਰਧ ਹੋ ਗਏ ਔਰ ਸਰੀਰ ਕਮਜ਼ੋਰਾ ਹੋ ਗਿਆ, ਬਿਮਾਰ ਸਨ, ਆਪਣੇ ਨਿਕਟ ਵਰਤੀਆਂ ਕੋਲ ਬੈਠਿਆਂ ਹੋਇਆ ਉਹਨਾਂ ਨੇ ਇੱਕ ਦਿਨ ਗੱਲ ਕਹੀ, ਕਹਿਣ ਲੱਗੇ ਵੀ ਜਦੋਂ ਤੁਸੀਂ ਮੇਰੀ ਅਰਥੀ ਕੱਢੋਗੇ ਨਾ, ਇੱਕ ਝਾੜੂ ਜ਼ਰੂਰ ਰੱਖਣਾ ਮੇਰੀ ਅਰਥੀ ਨਾਲ। ਕਹਿੰਦੇ ਅਸਾਂ ਪੁੱਛਿਆ, ਭਗਤ ਜੀ ਤੁਸੀਂ ਵੇਖਣ ਆਉਣਾ, ਰੱਖੀਏ ਜਾਂ ਨਾ ਰੱਖੀਏ? ਫਿਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ, ਇੱਕ ਨਵਾਂ ਵਹਿਮ ਪੈਦਾ ਹੋ ਜਾਏਗਾ, ਕੀ ਕਰਨਾ? ਕਹਿੰਦੇ ਇਸ ਕਰਕੇ ਜਦੋਂ ਕੋਈ ਪੁੱਛੇਗਾ ਨਾ ਵੀ ਇਹ ਝਾੜੂ ਕਿਉਂ ਰੱਖਿਆ, ਤੁਸੀਂ ਲੋਕਾਂ ਨੂੰ ਇਹੀ ਜਵਾਬ ਦੇਣਾ, ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਸੇਵਾਦਾਰ, ਝਾੜੂ ਬਰਦਾਰ, ਆਪਣੀ ਜਿੰਮੇ ਆਈ ਹੋਈ ਸੇਵਾ ਪੂਰੀ ਕਰਕੇ ਜਾ ਰਿਹਾ। ਮੈਂ ਖਾਲੀ ਨਹੀਂ ਹਾਂ, ਲੋਕ ਕਹਿੰਦੇ ਨਾ ਮੈਂ ਖਾਲੀ ਜਾ ਰਿਹਾ, ਮੈਂ ਖਾਲੀ ਨਹੀਂ ਹਾਂ, ਮੇਰੇ ਪੱਲੇ ਸੇਵਾ ਹੈ ਔਰ ਉਹ ਸੇਵਾ ਝਾੜੂ ਬਰਦਾਰ ਦੀ ਸੇਵਾ ਕਮਾ ਕੇ ਮੈਂ ਜਾ ਰਿਹਾ ਹਾਂ। ਹੁਣ ਤੁਸੀਂ ਤੁਲਨਾ ਕਰਕੇ ਵੇਖੋ, ਇੱਕ ਰਾਜ ਭਾਗ ਮੰਨਣ ਵਾਲਾ ਬੰਦਾ ਕਹਿੰਦਾ ਮੈਂ ਭਾਰ ਚੁੱਕ ਕੇ ਜਾ ਰਿਹਾ, ਇੱਕ ਜਨ ਸਧਾਰਨ ਮਨੁੱਖ ਜਿਸ ਨੇ ਸਾਰੀ ਉਮਰ ਸਵਾਰਥ ਤੋਂ ਉੱਪਰ ਉੱਠ ਕੇ ਜੀਵਨ ਜੀਵੇ, ਉਹ ਕਹਿੰਦੇ ਮੇਰੇ ਪੱਲੇ ਬਹੁਤ, ਮੈਂ ਸੈਟਿਸਫਾਈ ਹਾਂ। ਯਾਨੀ ਕਿ ਰਿਜ਼ਲਟ ਵੇਖੋ ਤੁਸੀਂ, ਹਰ ਇੱਕ ਜੀਵਨ ਦਾ ਆਪਣਾ ਰਿਜ਼ਲਟ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗਣ ਕਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ, ਸਾਰੇ ਦੇ ਚ ਵਾਧੇ ਘਾਟੇ ਦੀ ਤਾਂ ਗੁੰਜਾਇਸ਼ ਕੋਈ ਹੈ ਨੀ, ਜੋ ਕੁਦਰਤ ਦਾ ਨੀਯਤ ਰੂਲ ਹੈ, ਨਿਯਮ ਹੈ। ਪਰ ਜੀਵਨ ਲੋਰੈ ਭਰਮ ਮੋਹ, ਜਿਹੜੇ ਭਰਮ ਵਿੱਚ ਪਏ ਹੋਏ, ਮੋਹ ਵਿੱਚ ਪਏ ਹੋਏ, ਵਹਿਮਾਂ ਵਿੱਚ ਜਿਉਂਦੇ ਹਨ ਵੀ ਅਸੀਂ ਸ਼ਾਇਦ ਚਿਰੰਜੀਵੀ ਤੇ ਅਮਰ ਹੋ ਜਾਵਾਂਗੇ, ਨਾਨਕ ਤੇ ਉਗਵਾਰ, ਉਹ ਤਾਂ ਮੂਰਖ ਹਨ, ਉਹਨਾਂ ਨੂੰ ਨਹੀਂ ਪਤਾ ਇਹੋ ਜਿਹੀਆਂ ਆਸਾਂ ਰੱਖਣ ਵਾਲੇ ਪਹਿਲਾਂ ਕਿੰਨੇ ਤੁਰ ਗਏ।
ਕਿੰਨੇ ਸ਼ਿਕਾਰ ਹੋ ਗਏ, ਹੁੰਦੇ ਹੀ ਰਹਿਣਗੇ ਸਮੇਂ ਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਗੰਗਾ ਗ੍ਰਾਸੈ ਕਾਲ ਤੇਹੇ ਜੋ ਸਾਕਤ ਪ੍ਰਭ ਕੀਨ, ਉਹਨਾਂ ਨੂੰ ਆਤਮਕ ਮੌਤ ਵਿਆਪਦੀ ਹੈ ਜਿਹੜੇ ਸੱਚ ਨਾਲੋਂ ਟੁੱਟੇ ਨੇ, ਇਹ ਵੀ ਰੱਬੀ ਹੁਕਮ ਹੈ। ਅਨਕ ਜੋਨ ਜਨਮੈ ਮਰੈ ਆਤਮ ਰਾਮ ਨਾ ਚੀਨ, ਆਤਮਕ ਮਾਨਸਿਕ ਤੌਰ ਤੇ ਅਨੇਕਾਂ ਜੂਨਾਂ ਬਿਰਤੀਆਂ ਵਿਚ ਭੜਕਦੇ, ਜੰਮਦੇ ਮਰਦੇ ਕੱਚਾ ਜੀਵਨ ਜਿਉਂਦੇ ਹੋਏ, ਜਿਨ੍ਹਾਂ ਨੂੰ ਰੱਬੀ ਅਗੰਮੀ ਨਾਮ ਦੀ ਕੋਈ ਸੋਝੀ ਨਹੀਂ। ਗਿਆਨ ਧਿਆਨ ਤਾਹੂ ਕੋ ਆਏ, ਆਤਮਕ ਗਿਆਨ ਦੀ ਸੋਝੀ, ਰੱਬ ਨਾਲ ਪਰਮੇਸ਼ਰ ਨਾਲ ਸਾਂਝ, ਇਹ ਆਤਮਕ ਸਵੈ ਜਾਗਰੂਕਤਾ, ਇਹ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਜੇ ਆਪ ਦਵਾ, ਜਿਸ ਨੂੰ ਵਾਹਿਗੁਰੂ ਅਕਾਲ ਪੁਰਖ ਆਪ ਬਖਸ਼ਿਸ਼ ਕਰਕੇ ਦਾ ਦਿੰਦੇ ਹਨ। ਗਣਤੀ ਗਣੀ ਨਹੀਂ ਕੋਈ ਛੂਟੈ, ਕਾਚੀ ਗਾਗਰ ਸਰ ਪਰ ਫੁੱਟੈ। ਗਿਣਤੀਆਂ ਮਿਣਤੀਆਂ ਚਤੁਰਾਈਆਂ ਚਲਾਕੀਆਂ ਬੰਦਾ ਕਰਦਾ, ਪਰ ਕਹਿੰਦੇ ਅਖੀਰ ਇਹ ਕੱਚੀ ਗਾਗਰ ਸਰੀਰ ਦੀ ਟੁੱਟ ਜ਼ਰੂਰ ਜਾਂਦੀ ਹੈ, ਨਾਸ਼ ਜ਼ਰੂਰ ਹੋ ਜਾਂਦੀ ਹੈ। ਸੋ ਜੀਵਤ ਜੇ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹਿ ਛਪਿਆ, ਉਹ ਆਤਮਕ ਜੀਵਨ ਜਿਉਂਦਾ ਹੈ ਜਿਹੜਾ ਸਰਵ ਵਿਆਪੀ ਜੀਵਤ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਉਹਦੀ ਹੋਂਦ ਦੇ ਅਹਿਸਾਸ ਨਾਲ ਭਰਿਆ ਰਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਉਹ ਸਾਰੇ ਸੰਸਾਰ ਵਿਚ ਚੰਗਿਆਈ ਕਰਕੇ ਪ੍ਰਸਿੱਧ ਹੈ, ਉਹ ਗੁੱਝਾ ਨਹੀਂ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਸਭਨਾਂ ਦਾ ਧੰਨਵਾਦ। ਅਦਬ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।